ਜਥੇਬੰਦੀਆਂ ਦਾ ਦੋ ਫਾੜ ਹੋਣਾ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਵੀ ਜਿਹੜੀਆਂ ਕਈ ਨਵੀਆਂ ਜਥੇਬੰਦੀਆਂ ਬਣੀਆਂ ਜਾਂ ਪ੍ਰਾਣੀਆਂ ਜਥੇਬੰਦੀਆਂ ਉੱਥੇ ਵੀ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀ ਖਾਸ ਕਰਕੇ ਜੇ ਸੱਤਾਧਰ ਪਾਰਟੀ ਜਿਹੜੀ ਸੈਂਟਰ ਦੇ ਵਿੱਚ ਬੈਠੀ ਆ ਉਹਨਾਂ ਨੇ ਛੋਡੇ ਬੰਦੇ ਪੱਟ ਲਏ ਕਿਸਾਨ ਤਾਕਤ ਹੈ ਜਿਹੜੀ ਵੱਡੀ ਹੈ ਜਿਹੜੀ ਜਿਹਨੂੰ ਆਰਗੇਨਾਈਜ਼ ਕੀਤਾ ਇੰਨੀ ਵੱਡੀ ਤਾਕਤ ਇਹਦੇ ਵਿੱਚ ਸੰਨ ਲਾਇਆ ਜਾਵੇ, 파ੜ ਲਾਵੇ ਇਹਨੂੰ ਤੋੜਿਆ ਜਾਵੇ, ਇਹਨੂੰ ਕਮਜ਼ੋਰ ਕੀਤਾ ਜਾਵੇ ਇਹ ਉਦੋਂ ਦਾ ਲੱਗਿਆ ਹੋਇਆ ਹੈ ਕਿ ਕੋਈ ਕੁਝ ਹੱਦ ਤੱਕ ਉਹ ਕਾਮਯਾਬ ਹੋਇਆ ਛੋਡੇ ਬੰਦੇ ਵਿਕੇ ਨੇ ਲੋਕਾਂ ਦਾ ਇੱਕ ਟਰਸਟ ਸੀ ਵਿਸ਼ਵਾਸ ਸੀ ਉਹ ਵੀ ਤੁਸੀਂ ਕਿਤੇ ਨਾ ਕਿਤੇ ਗਵਾਇਆ ਹੈਗਾ ਤੁਹਾਨੂੰ ਇਹ ਮਹਿਸੂਸ ਹੁੰਦਾਗਾ ਮੈਂ ਹਮਤੋਂ ਇੰਟਰਵਿਊ ਦੇ ਹੀ ਜਨਾ ਮੈਨੂੰ ਇੰਟਰਵਿਊ ਦੇ ਵਿੱਚ ਗਏ ਕਿਹਦੇ ਗਦਾਰ ਦੇ ਇੰਟਰਵਿਊ ਕਰਦੇ ਨੇ ਤੇਰੇ ਕਹਿਣੇ ਮੈਨੂੰ ਵੀ ਗਦਾਰ ਕਹਿਣ ਵਾਲੇ ਬਹੁਤ ਸਾਡੇ ਰਿਸ਼ਤੇ ਕਿਸੇ ਨਾਲ ਕੁਝ ਵੀ ਹੋਣਾ ਜੱਤੇ ਬੰਦਪਾ ਪਰ ਜੇ ਸਰਕਾਰ ਕਿਸੇ ਤੇ ਅਟੈਕ ਕਰਦੀ ਆ ਸੀ ਮੈਂ ਦੀ ਮਦਦ ਤੇ ਹਰ ਹੱਤ ਵਿੱਚ ਜਾ ਪੰਜਾਬ ਦੀ ਸੁਪਰ ਸਰਕਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਅਕਸਰ ਤੁਹਾਡੇ ਤੇ ਤਾਂ ਇਹੀ ਸਵਾਲ ਉੱਠਦਾਗਾ ਕਾਸ ਕਰਕੇ ਗ੍ਰਾਹਕ ਜਥੇਬੰਦੀ ਤੇ ਵੀ ਇਹਨਾਂ ਨੂੰ ਤੁਸੀਂ ਉਵੇਂ ਕਰ ਰਹੇ ਹੱਥੀਂ ਰਹਿੰਦੇ ਜਿਵੇਂ ਤੁਸੀਂ ਮੋਦੀ ਸਾਹਿਬ ਨੂੰ ਕਰ ਰਹੇ ਹੱਥੀਂ ਲੈ ਰਹੇ ਹੋ। ਪਿਛਲੇ ਸਾਲ ਅਕਤੂਬਰ ਦੇ ਵਿੱਚ ਇੱਕ ਮਹੀਨਾ ਸੁਖਮੰਤ ਮੰਦੀ ਕੋਠੀ ਮੇਰੇ ਕੋਲ ਬੈਠੇ। ਦੱਸਦੇ ਕੋਈ ਜਥੇਬੰਦੀ ਹੁਣ ਤੱਕ ਕਿ ਐ ਮੋਰਚਾ ਲਾਇਆ ਮੋਦੀ ਦੇ ਖਿਲਾਫ। ਪਰ ਉਸੇ ਪੁੱਛਣ ਵਾਲੇ ਇਹ ਵੀ ਪੁੱਛਦੇ ਵੀ ਉਹਨਾਂ ਨੇ ਤੁਹਾਨੂੰ ਦਿੱਤਾ ਕੀ ਕਰੋ? ਮੈਂ ਕਦੋਂ ਕਹਾਂ ਨੰ ਸੰਦ ਵਿੱਚ। ਇਹ ਤਾਂ ਭਗਵੰਤ ਮਾਨ ਦੀ ਗੱਲ ਦਾ ਜਵਾਬ ਹੈ। ਵੀ ਜੇ ਤੁਸੀਂ ਸਾਨੂੰ ਨਾ ਛੜਕਾਂ ਤੇ ਦੋਨੇ ਉਹਦੇ ਨਾਲ ਤਾਂ ਸਾਡੇ ਕੋਲੇ ਆ ਜਾ ਕਰੋ ਉਸ ਦੀ ਗੱਲ ਸੁਣ ਜਾ। ਪੁੱਛਣ ਵਾਸਤੇ ਬੁਲਾਉਣ ਵਾਸਤੇ ਤੁਹਾਡਾ ਮੂੰਹ ਖਲਾਉਣ ਵਾਸਤੇ ਤਾਂ ਕੁਝ ਹੋਰ ਕਰਨਾ ਪੈਂਦਾ ਸੜਕ ਘੇਰਨੀ ਪੈਂਦੀ ਹੈ ਹਾਈਵੇ ਘੇਰਨਾ ਪੈਂਦਾ ਜੇ ਉੱਥੇ ਨਾਲ ਗੱਲ ਬਣੇ ਫਿਰ ਰੇਲ ਘੇਰਨੀ ਪੈਂਦੀ ਹੈ ਫਿਰ ਤੂੰ ਸੁਣਦੇ ਹੋ ਤੇਤੀਵਾੜੀ ਮੰਤਰੀ ਨੇ ਜਿਹੜੀਆਂ ਮੰਗਾਂ ਸੱਚ ਨਾਲ ਦੇਤੀ ਦੌਰ ਤੇ ਮੰਨੀਆਂ ਸੀ ਉਹ ਵੀ ਨਹੀਂ ਲਾਗੂ ਕੀਤੀ ਫਿਰ ਉਹ ਕਦੋਂ ਲਾਗੂ ਕਰੋਗੇ ਗੇ ਰੌਲਾ ਪੁੱਤੀ ਹੈ ਨਾ ਵੀ ਉਹਨਾਂ ਨੂੰ ਤੁਸੀਂ ਉਵੇਂ ਨਹੀਂ ਉਹੋ ਕਰ ਰਹੇ ਲੱਖਾਂ ਲੋਕ ਇੱਕ ਸਾਲ ਬੈਠੇ ਜੂ ਤੇ ਬਾਤ ਸੁਣਿਆ ਸੁਣਿਆ ਜਦੋਂ ਉਹਦੀ ਉਹਦੀ ਕੁਰਸੀ ਹਿੱਲਣ ਲੱਗੀ ਇਸ ਕਰਕੇ ਇਹ ਜਦੋਂ ਕੁਰਸੀਆਂ ਤੇ ਬੈਠਦੇ ਨੇ ਇਹ ਲੋਕਾਂ ਨੂੰ ਭੁੱਲ ਜਾਂਦੇ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆਂ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਤਿੰਨ ਦਿਨਾਂ ਦੇ ਲਈ ਇਥੋਂ ਜਥੇਬੰਦੀਆਂ ਜਾਂਦੀਆਂ ਗਈਆਂ ਐਸਕੇਐਮ ਦੀ ਗੱਲ ਹੁੰਦੀ ਆ ਇੱਕ ਜਿਹੜਾ ਮੰਗ ਪੱત્રਾ ਹੋ ਗਵਰਨਰ ਸਾਹਿਬ ਨੂੰ ਵੀ ਦਿੱਤਾ ਜਾਂਦਾ ਹੈਗਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਵੀ ਇੱਕ ਮੀਟਿੰਗ ਹੁੰਦੀ ਆ ਜਥੇਬੰਦੀਆਂ ਵਾਪਸ ਘਰਾਂ ਨੂੰ ਪਰਤੀਆਂ ਗਈਆਂ ਹੁਣ ਬਹੁਤ ਸਾਰੇ ਸਵਾਲ ਨੇ ਹਾਲਾਂਕਿ ਸਵਾਲ ਇਹ ਪਹਿਲਾਂ ਵੀ ਉੱਠ ਰਹੇ ਸੀ ਵੀ ਜਥੇਬੰਦੀਆਂ ਚੰਡੀਗੜ੍ਹ ਮੋਰਚਾ ਕਿਉਂ ਲਾ ਰਹੇ ਨੇ ਆ ਗਿਆ ਕਿਵੇਂ ਲੱਗ ਰਿਹਾ ਵਾਪਸ ਆਉਣ ਦਾ ਕਾਰਨ ਕੀ ਆ ਪਰ ਇੱਕ ਜਿਹੜਾ ਸੰਹਦਾ ਸੰਹਦਾ ਸਵਾਲ ਆ ਉਹ ਵੀ ਆਇਆ ਵੀ ਬਹੁਤ ਸਾਰੇ ਲੋਕ ਆ ਜਿਹੜੇ ਉੱਥੋਂ ਨਹੀਂ ਵਾਪਸ ਆਉਣਾ ਚਾਹੁੰਦੇ ਸੀ ਤੇ ਕੁਝ ਹੋਰ ਗੱਲਾਂ ਜਿਹੜੀਆਂ ਗੱਲਾਂ ਨੂੰ ਲੈ ਕੇ ਜਥੇਬੰਦੀਆਂ ਨੂੰ ਬਹੁਤ ਘੱਟ ਸਵਾਲ ਹੁੰਦੇ ਆ ਉਹ ਵੀ ਕੁਝ ਸਵਾਲ ਅਸੀਂ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਅਗਰਾਹਾ ਅਗਰਾਹਾ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਠੀਕ ਠਾਕ ਹਾਂ ਜੀ ਠੀਕ ਠਾਕ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਅਗਰਾਹਾ ਸਾ ਤਿੰਨ ਦਿਨਾਂ ਨਾਲ ਇਹੀ ਮੋਰਚਾ ਸੀ ਇਹ ਪਹਿਲਾਂ ਹੀ ਫੈਸਲਾ ਲਿਆ ਗਿਆ ਸੀ ਹਾਲਾਂਕਿ ਪਹਿਲਾ ਪ੍ਰੈਸ ਨੋਟ ਆਗੇ ਸੀ ਵੀ ਤਿੰਨ ਦਿਨ ਜਾਣਾਗਾ ਲੰਬਾ ਕਿਉਂ ਨਹੀਂ ਅਸਲ 'ਚ ਜਿਹੜਾ ਇਹ ਮੋਰਚਾ ਸੀਗਾ ਇਸ ਸੰਯੁਕਤ ਕਿਸਾਨ ਮੋਰਚਾ ਜਿਹੜਾ ਸੰਯੁਕਤ ਮੋਰਚੇ ਵੱਲੋਂ ਸੀਗਾ ਆਲ ਇੰਡੀਆ ਪੱਧਰ ਦਾ ਸੀ ਜੀ ਦਿੱਲੀ ਵਾਲਿਆਂ ਮੰਗਾ ਤੇ ਸੀ ਜੀ ਇਹ ਅਗਸਤ ਦੇ ਵਿੱਚ ਹੀ ਤੈਅ ਹੋ ਗਿਆ ਸੀ ਹੂੰ ਅਗਸਤ ਦੇ ਵਿੱਚ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਆ ਕਿਉਂਕਿ 26 ਨਵੰਬਰ ਦੇ ਦਿਨ ਨੂੰ ਅਸੀਂ ਹਰ ਸਾਲ ਮਹੱਤਤਾ ਦਿੰਦੇ ਆਂ ਪਿਛਲੇ ਸਾਲ ਅਸੀਂ ਇੱਕ ਦਿਨ ਦਾ ਕੀਤਾ ਸੀ ਜੀ ਉਦੋਂ ਸਾਰੇ ਦੇਸ਼ ਦੀਆਂ ਰਾਜਧਾਨੀਆਂ ਚ ਹੋਇਆ ਇੱਕ ਦਿਨ ਦਾ ਬਾਅਦ ਚ ਇਹ ਨੂੰ ਹੋਇਆ ਵੀ ਇੱਕ ਦਿਨ ਨਾਲ ਗੱਲ ਹਾਈਲਾਈਟ ਨਹੀਂ ਹੁੰਦੀ ਹੂੰ ਬੇ ਇਹ ਨੂੰ ਥੋੜਾ ਜਿਆਦਾ ਵਧਾਈਏ ਹੂੰ ਚਲ ਪਾਸ ਹੋ ਗਿਆ ਵੀ ਤਿੰਨ ਦਿਨਾਂ ਵਾਸਤੇ ਬਣਾ ਲਓ ਜੀ ਜੀ ਵੀ ਜਿਹੜੀ ਗੱਲ ਹੈ ਕਿਉਂਕਿ ਜੇ ਅਸੀਂ ਕਿਸੇ ਇੱਕ ਥਾਂ ਤੇ ਰੱਖ ਦਿਆਂ ਉਹ ਦਾ ਫਕਤਰ ਮੈਂ ਹਾਇਲਡਿੰਗ ਦੀ ਗੱਲ ਜੇ ਅਲਰਟ ਸਾਮਾ ਤੇ ਰੱਖਦੇ ਆ ਕੈਪੀਟਲਾਂ ਦਾ ਰੱਖਦੇ ਆ ਰਾਜਧਾਨੀਆਂ ਦਾ ਰੱਖਦੇ ਆ ਦੱਖਣ ਤੋਂ ਖਣ ਵਾਲੇ ਲੋਕਾਂ ਨੂੰ ਦਿੱਕਤ ਆਉਂਦੀ ਆ ਉਹਦਰਾ ਉਹਦਾ ਸੌਖੇ ਕਰ ਸਕਦੇ ਆ ਇਸ ਮਹੱਤਵ ਨੂੰ ਲੈ ਕੇ ਇਹ ਜਿਹੜੀਆਂ ਰਹਿਂਦੀਆਂ ਮੰਗਾਂ ਸੀ ਹੂੰ ਉਹਦੇ ਚ ਤਿੰਨ ਕੁ ਮੰਗਾਂ ਹੋਰ ਐਡ ਕਰਕੇ ਇਹ ਮੋਰਚਾ ਲਾਇਆ ਸੀ ਜੀ ਤੇ ਉਹਦੇ ਤਹਿਤ ਜਿਹੜੀ ਜੇ ਕੱਲ ਤੱਕ ਦੇ ਦੇਖੀ ਜਿਹੜੀ ਰਿਪੋਰਟ ਮਿਲੀ ਆ ਤੁਹਾਨੂੰ ਬਾਹਰੋਂ ਸਟੇਟਾਂ ਦੀ ਉਹ ਚੰਗੀ ਮਿਲੀ ਆ ਜਾਨੀ ਲਗਭਗ 2000 ਜਣ ਦੇ ਨੇੜੇ ਸਟੇਟਾਂ ਦੇ ਵਿੱਚ ਧਰਨੇ ਲੱਗਿਆ ਚੰਗੇ ਇਕੱਠ ਹੋਇਆ ਕਿਤੇ ਵੱਧ ਕਿਤੇ ਘਟ ਜਨੀਆਂ ਐਮਬੀ ਸੰਯੁਕਤ ਮੋਰਚੇ ਦੇ ਵਾਰੀ ਜਿਹੜਾ ਪ੍ਰਚਾਰ ਸੀਗਾ ਹੂੰ ਮੋਰਚੇਰ ਜੀਤ ਹੋਣ ਦੀ ਗੱਲ ਜਿਹੜੀ ਕਹ ਕਹਿੰਦੇ ਆ ਵੀ ਆਪਾਂ ਜਿਹੜੇ ਇੱਕ ਖਿੰਡੇ ਪੁੰਡੇ ਜਥੇਬੰਦੀਆਂ ਸੀ ਜਿੰਨਾਂ ਦਾ ਨਾਂ ਹੁੰਦਾ ਸੀ ਵੀ ਇੱਕ ਸਾਲ ਦੇ ਮੋਰਚੇ ਤੋਂ ਬਾਅਦ ਕੋਈ ਚੋਣਾ ਚੱਲਾ ਗਿਆ ਕੋਈ ਕਿਧਰੇ ਚੱਲਾ ਗਿਆ ਜੀ ਇੱਕ ਉਹ ਉਪਰਾਲਾ ਵੀ ਹੋਇਆ ਤੇ ਉਹ ਮੰਗ ਪੱਤਰ ਹੀ ਦੇਣੇ ਸੀ ਉਹ ਗਵਰਨਰ ਨੂੰ ਜੀ ਕਿਉਂਕਿ ਗਵਰਨਰ ਨਾਲ ਕੋਈ ਫਾਈਨਲ ਅਥਾਰਟੀ ਨਹੀਂ ਕਿ ਮੰਗ ਪੱਤਰ ਦੇ ਉੱਤੇ ਕੋਈ ਡਿਸੀਜ ਹੁੰਦੇ ਦੇ ਹੂੰ ਉਹਨਾਂ ਨੇ ਮੰਗ ਪੱਤਰ ਦਾ ਫੜਿਆ ਵੀ ਹੈ ਤੇ ਵਿਸ਼ਵਾਸ ਵੀ ਦਿਵਾਇਆ ਵੀ ਕੇਂਦਰ ਨੂੰ ਭੇਜਣਾ ਜੀ ਇੱਕ ਸਵਾਲ ਹੋਰ ਆ ਜਿਵੇਂ ਤੁਸੀਂ ਕਿਹਾ ਵੀ ਦੋ ਦਰਜਨ ਤੋਂ ਜ਼ਿਆਦਾ ਜਿਹੜਾ ਸੂਬਿਆਂ ਦੇ ਵਿੱਚ ਸਟੇਟਾਂ ਦੇ ਵਿੱਚ ਇਹ ਹੋਇਆ ਐਸਕੇਮ ਵੱਲੋਂ ਪਰ ਤਸਵੀਰਾਂ ਇਕੱਲੀਆਂ ਚੰਡੀਗੜ੍ਹ ਦੀਆਂ ਹੀ ਦੇਖਣ ਨੂੰ ਮਿਲੀਆਂ ਰਕੇਸ਼ ਹੜਕੈ ਸਾਬ ਖੁਦ ਇੱਥੋਂ ਯੂਪੀ ਤੋਂ ਨੇ ਉਹ ਇੱਥੇ ਆਉਂਦੇ ਨੇ ਲਖਨਊ ਤੋਂ ਉਹੋ ਜਿਹੀ ਤਸਵੀਰ ਨਹੀਂ ਆਈ ਰਾਜਸਥਾਨ ਤੋਂ ਜੈਪੁਰ ਤੋਂ ਨਹੀਂ ਉਹੋ ਜਿਹੀਆਂ ਤਸਵੀਰਾਂ ਐਨਾ ਹੋਰ ਵੀ ਜਿੰਨੇ ਵੀ ਸੂਬੇ ਆ ਛੱਤੀਸਗੜ੍ਹ ਹੋ ਗਿਆ ਝਾਰਖੰਡ ਹੋ ਗਿਆ ਬਿਹਾਰ ਹੋ ਗਿਆ ਬਹੁਤ ਸਾਰੇ ਆ ਉੱਥੋਂ ਤਸਵੀਰਾਂ ਉਹੋ ਜਿਹੀਆਂ ਨਹੀਂ ਆ ਦੇਖੋ ਹਰ ਗੱਲ ਦੇ ਵਿੱਚ ਪੰਜਾਬ ਮੋਰੀ ਹਮ ਐਜੀਟੇਸ਼ਨ ਲੜਨ ਦਾ ਤਰੀਕਾ ਵੀ ਪੰਜਾਬ ਦਾ ਖੇਤੀ ਕਰਨ ਦਾ ਤਰੀਕਾ ਵੀ ਜੀ ਸੱਭਿਆਚਾਰਕ ਤਰੀਕਾ ਵੀ ਹਮ ਜਿਨੀ ਆਪਾਂ ਮੈਨੂੰ ਇਹ ਲੱਗਦਾ ਵੀ ਕਿਸੇ ਵੀ ਖੇਤਰ 'ਚ ਹਮ ਪੰਜਾਬ ਦੀ ਅਵੇਰਨੈਸ ਦੂਜੀਆਂ ਸਟੇਟਾਂ ਦੇ ਬਦਲੇ ਜ਼ਿਆਦਾ ਹੈ ਹਮ ਆਪਣੇ ਵਿਚਾਰ ਤਰਕ ਬਕਰੇਵੇਂ ਹੋਣ ਤੋਂ ਬਾਅਦ ਵੀ ਆਪਾਂ ਇੱਕ ਦੂਜੇ ਨਾਲ ਭਾਈਆਂ ਭਰਾਵਾਂ ਵਾਂਗੂ ਵਰਤ ਲੈਣੇ ਹਮ ਕਿਸੇ ਨੂੰ ਨਹੀਂ ਪਤਾ ਲੱਗਦਾ ਜੀ ਕਿ ਇਹਨਾਂ ਦੇ ਵਿਚਾਰ ਤਰਕ ਬਕਰੇਵੇਂ ਹੋਣਗੇ ਬੀਚ ਬੇਚਾਰਾਂ ਦੀ ਬੇਥੋਂ ਤੋਂ ਬਾਅਦ ਵੀ ਅਸੀਂ ਇੱਕ ਦੂਜੇ ਨਾਲ ਗਲਵਕੜੀਆਂ ਪਾਉਂਦੇ ਦੇਖਾਂਗੇ ਸੋ ਹੂੰ ਪਰ ਇਹ ਬਾਲੇ ਸਟਾਜ ਨਹੀਂ ਹੁੰਦਾ ਹਾਂ ਇਸ ਕਰਕੇ ਇਧਰ ਪੰਜਾਬ ਦੇ ਜਿਆਦਾ ਜਿਹੜੀ ਕੱਟ ਸੀਗਾ ਜਿੱਥੇ ਬੰਦ ਕੱਟ ਸੀ ਉਹ ਉਪਰਾਲੇ ਖਿੰਡੀਆਂ ਪੁੜੀਆਂ ਜਿੱਥੇ ਬੰਦਿਆਂ ਨੂੰ ਨਾਲ ਲੈ ਕੇ ਆਉਣ ਦਾ ਇੱਕ ਤਾਂ ਬਣਾਉਣ ਦਾ ਹੂੰ ਜਿਹੜੇ ਸਨਾਤ ਕੜਿੱਕੇ ਨੇ ਉਹਨਾਂ ਨੂੰ ਦੂਰੇ ਕਰਨ ਦੇ ਉਪਰਾਲੇ ਵੀ ਹੋਏ ਨੇ ਪਿਛਲੇ ਦਿਨਾਂ 'ਚ ਉਹਦਾ ਬਹੁਤ ਪੋਜ਼ਿਟਿਵ ਸਿੱਟੇ ਵੀ ਨਿਕਲੇ ਜਿੱਥੇ ਬੰਦियां ਉੱਥੇ ਆਈਆਂ ਵੀ ਨੇ ਹਾਜ਼ਰੀ ਲਵਾਈਆਂ ਉਹਨਾਂ ਨੇ ਚਲੋ ਕੁਛ ਡਿੱਕੇ ਰਹਿੰਦੇ ਸੀ ਜਿਹਦੇ ਕਰਕੇ ਸਮਾਂ ਨਹੀਂ ਉਹਨਾਂ ਨੂੰ ਦਿੱਤਾ ਜਦੋਂ ਉਹ ਡਿੱਕੇ ਦੂਰ ਹੋ ਗਏ ਕਿਉਂਕਿ ਪੰਜਾਬ ਦੇ ਵੱਲ ਸਾਰੇ ਦਾ ਮੂੰਹ ਹੈ ਜੀ ਮੰਨੋਗੇ ਤੁਸੀਂ ਇਹ ਗੱਲ ਦੁਨੀਆ ਨੂੰ ਤਾਂ ਅਖਬਾਰ ਤੇ ਮੀਡੀਆ ਦਾ ਮੰਨਦਾ ਹੈ ਗੱਲ ਵੀ ਤਿੰਨ ਕਾਨੂੰਨਾਂ ਦੀ ਲੜਾਈ ਦੇ ਵਿੱਚ ਵੀ ਪੰਜਾਬ ਹੀ ਮੋਰੀ ਸੀ ਤੇ ਇਸੇ ਕਰਕੇ ਪੰਜਾਬ ਦੀ ਮਹੱਤਤਾ ਜਿਹੜੀ ਜਿਹੜੀ ਰਾਜਧਾਨੀ ਦਾ ਧਰਨਾ ਹੈ ਇਹ ਇੰਡੀਆ ਦੇ ਵਿੱਚ ਇਹਨਾਂ ਜ਼ਿਆਦਾ ਮਹੱਤਵ ਬਣਿਆ ਜੀ بس ਇਹ ਗੱਲ ਦੀ ਕਿ ਕੱਲੇ ਇੰਡੀਆ ਚ ਹੋਇਆ ਪੰਚਕੁਲਾ ਵੀ ਹੋਇਆ ਹੂੰ ਉਹ ਭਾਰਤ ਚ ਵੀ ਹੋਇਆ ਹੂੰ ਬੰਗਲੌਰ ਚ ਵੀ ਹੋਇਆ ਅ ਤ੍ਰਿਵਿੰਦਰਾਪੁਰ ਚ ਵੀ ਹੋਇਆ ਲਖਨਊ ਦੇ ਵਿੱਚ ਵੀ ਹੋਇਆ ਸਾਰੀਆਂ ਸਟੇਟਾਂ ਦੇ ਵਿੱਚ ਸਾਰੇ ਥਾਂ ਤੇ ਹੋਏ ਜੀ ਹਾਲਾਂਕਿ ਇਹ ਤਿੰਨ ਦਿਨਾਂ ਦਾ ਸੀ ਪਰ ਕੋਈ ਲੋਕ ਜਿਹੜੇ ਤੁਹਾਡੀ ਜਥੇਬੰਦੀ ਦੇ ਹੋਗੇ ਜਿਹੜਾ ਤੁਹਾਡਾ ਕਾਡਰਾ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਹੋਗੇ ਉਹ ਕਹਿੰਦੇ ਸੀ ਵੀ ਸੀ ਨਹੀਂ ਵਾਪਸ ਜਾਣਾ ਜਥੇਬੰਦੀਆਂ ਵਾਲੇ ਮੇਨ ਆਕੂ ਕਹਿ ਰਹੇ ਆ ਵੀ ਜਾਣੀ ਜਾਣਾਗਾ ਵਾਪਸ ਚਲੋ ਦੇਖੋ ਕਿਸੇ ਨੇ ਜਾਣਾ ਹੈ ਕਿ ਨਹੀਂ ਜਾਣਾ ਵਾਪਸ ਜੀ ਮੇਰੀ ਤਮੰਨਾ ਕੀ ਹੈ ਹਮ ਮੈਂ ਕੀ ਚਾਹਨਾ ਹਮ ਇਹ ਸਾਨੂੰ ਜਦੋਂ ਜਥੇਬੰਦੀਆਂ ਦਾ ਫੈਸਲਾ ਕਰਦੇ ਹਾਂ ਤੁਸੀਂ ਕਿਸੇ ਅਖਬਾਰ ਚ ਕਿਸੇ ਸਟੇਟਮੈਂਟ ਚ ਕਿਸੇ ਇੰਟਰਵਿਊ ਚ ਪੜਿਆ ਇਹ ਪੱਕਾ ਮੋਰਚਾ ਲੱਗ ਗਿਆ ਜਿੱਨਾ ਚ ਮੰਗਾ ਨਹੀਂ ਮੰਨਦੇ ਨਹੀਂ ਆਵਾਂਗੇ ਨਹੀਂ ਪੜਿਆ ਜੀ ਇਸ ਕਰਕੇ ਅਸੀਂ ਸਾਰੇ ਕੇਡਰ ਨੂੰ ਆਪਣੇ ਕੇਡਰ ਨੂੰ ਸਾਡਾ ਕੋਈ ਅਣਜਾਣ ਕਹਿ ਗਿਆ ਹੋਗਾ ਹਿੱਸਾ ਨਹੀਂ ਤੇ ਸਾਡੇ ਕੇਡਰ ਚ ਘਟੋ ਘਟਾ ਸਹੀ ਜਾਣਕਾਰੀ ਦਿੱਤੀ ਹੋਈ ਸੀ ਜੀ ਇਹ ਮੋਰਚਾ ਸਿਰਫ ਤੰਦਾਂ ਦਿੰਦਾ ਹੈ ਹੂੰ ਤੇ ਤੀਜੇ ਦਿਨ ਇਹਨੂੰ ਹਰ ਹਾਲ ਤੇ ਜ਼ਮਾਵਤ ਕਰਨਾ ਹੈ ਹੂੰ ਹਾਂ ਜੇ ਹੋਰ ਜਿਤੇ ਬੰਦੀਆਂ ਨੇ ਕੀ ਰੋਲ ਕੀਤਾ ਉਹਨਾਂ ਦਾ ਤਾਂ ਉਹ ਹੀ ਕਹਿ ਸਕਦੇ ਆ ਹੂੰ ਪਰ ਭਾਵਨਾਮਾ ਕਿਉਂਕਿ ਦਿੱਲੀ ਮੋਰਚੇ ਦਾ ਅਸੀਂ 1 ਸਾਲ ਲਾ ਕੇ ਆਇਆ ਹੂੰ ਜਿਹੜੀ ਕਿਸਾਨਾਂ ਦਾ ਸੁਧਾਰਨ ਹਿੱਸਾ ਹੈ ਤਾ ਉਹਨੂੰ 2-3 ਦਿਨਾਂ ਦਾ ਧਰਨਾ ਵੀ ਹੁਣ ਧਰਨਾ ਲੱਗਣੋਂ हट ਗਿਆ ਹੂੰ ਕਿਉਂਕਿ 1 ਸਾਲ ਦਾ ਮੋਰਚਾ ਕਿੱਥੇ ਦਿਨ-ਦੰਦ ਦਾ ਮੋਰਚਾ ਹੂੰ ਜਿਹੜੀ ਸਤਾਪਤੀ ਸੀ ਲੰਗਰਾਂ ਦੀ ਉਹ ਦਿੱਲੀ ਦੇ ਮੋਰਚੇ ਵਰਗੀ ਬਣ ਗਈ ਸੀ ਇਸ ਕਰਕੇ 3 ਦਿਨ ਦਾ ਧਰਨਾ ਉਹਨਾਂ ਨੂੰ ਧਰਨਾ ਹੀ ਨਹੀਂ ਲੱਗ ਰਿਹਾ ਸੀ ਵੀ ਯਾਰ 3 ਦਿਨ ਦਾ ਕੀ ਧਰਨਾ ਰੱਖ ਲਿਆ 15 ਦਿਨ ਮਹੀਨਾ ਵੀ ਦਿਨ ਤਾਂ ਹੋਣਾ ਚਾਹੀਦਾ ਸੀ ਇਸ ਕਰਕੇ ਐ ਨਹੀਂ ਹੁੰਦਾ ਕਦੇ ਵੀ ਸਾਰੀਆਂ ਸਟੇਟਾਂ ਦਾ ਧਿਆਨ ਰੱਖਿਆ ਜਾਂਦਾ ਸਾਰੀਆਂ ਜਾਤੀ ਬੰਦੀਆਂ ਦਾ ਧਿਆਨ ਰੱਖਿਆ ਜਾਂਦਾ ਸਾਡੇ ਨਾਲ ਬਸ ਦੇ ਸਮਾਜ ਦਾ ਵੀ ਧਿਆਨ ਰੱਖਿਆ ਜਾਂਦਾ ਜਿਨ੍ਹਾਂ ਦੇ ਕੋਲੇ ਅਸੀਂ ਬੈਠੇ ਸੀ ਉੱਥੇ ਵੀ ਉਹਨਾਂ ਦਾ ਉਹਨਾਂ ਦੇ ਉੱਤੇ ਕੋਈ ਡਿੱਕਾ ਨਾ ਹੋਵੇ ਬਿਜ਼ਨਸ ਤੇ ਕੋਈ ਡਿੱਕਾ ਨਾ ਹੋਵੇ ਦਿੱਲੀ ਵਾਲੇ ਮੋਰਚੇ ਦਾ ਲੰਮਾ ਹੋਣ ਦਾ ਕਾਰਨ ਤਾਂ ਬਹੁਤ ਹੋਰ ਸੀ ਮਤਲਬ ਇਹਦਾ ਹੋਰ ਸੀ ਉਹ ਮੁੱਦੇ ਹੀ ਮਹਤਵਪੂਰਨ ਆਇਆ ਸੀ ਪਰ ਤੁਹਾਨੂੰ ਲੱਗਦਾ ਗ੍ਰਾਹਕਾਂ ਸਭ ਨੂੰ ਮਤ ਪੂਰਾ ਹਜੇ ਵੀ ਨਹੀਂ ਹੋਇਆ ਤਿੰਨ ਕਾਨੂੰਨਾਂ ਦੀ ਜੇ ਗੱਲ ਹੁੰਦੀ ਆ ਵਾਹ ਠੀਕ ਆ ਉਹਨਾਂ ਨੇ ਕਹਿਤਾ ਵੀ ਵਾਪਸ ਲੈ ਲੇ ਪਰ ਗੱਲ ਤਾਂ ਹਜੇ ਵੀ ਕਹਿੰਦੇ ਉੱਥੇ ਹੀ ਖੜੀ ਆ ਦੇਖੋ ਰਤਨ ਪਰ ਇਹ ਨੀਤ ਤੇ ਨੀਤੀ ਦਾ ਜੀ ਫਰਕ ਹੈ ਹਮ ਸਰਕਾਰ ਨੇ ਨੀਤੀ ਦੇ ਵਿੱਚ ਜਿਹੜਾ ਤਾਂ ਕੱਢਿਆ ਹਮ ਨੀਤ ਨਹੀਂ ਬਦਲੀ ਹਮ ਇੱਛਾ ਹੈ ਉਹਨਾਂ ਦੀ ਵੀ ਮੰਡੀਆਂ ਦੇ ਦਈਏ ਕਾਰਪੋਰੇਟ ਨੀਤੀ ਇਸ ਕਰਕੇ ਨਹੀਂ ਬਦਲੀ ਕਿਉਂਕਿ ਉਹਨਾਂ ਦੀ ਬਸ ਨਹੀਂ ਚੱਲੀ ਜਨਤਾ ਦਾ ਰੋਹ ਇਹ ਨਾ ਉਤੋਂ ਦੀ ਹੋ ਗਿਆ ਹੂੰ ਕਿ ਹਰ ਜਗ੍ਹਾ ਤੇ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਜੀ ਵਿਦੇਸ਼ਾਂ 'ਚ ਹੂੰ ਸੂਬਿਆਂ 'ਚ ਹੂੰ ਇੰਨੇ ਵਿਰੋਧ ਉਹਨਾਂ ਦੀ ਪਾਰਟੀ 'ਚ ਇੰਨੇ ਵਿਰੋਧ ਨਾਲ ਉਹਨਾਂ ਦਾ ਜਿਹੜੇ ਕੁਰਸੀ ਨੂੰ ਜਦੋਂ ਖਤਰਾ ਪੈਦਾ ਹੋ ਗਿਆ ਉਹਨਾਂ ਨੇ ਕਾਨੂੰਨ ਤਾਂ ਵਾਪਸ ਲੈ ਲਏ ਅੰਦਰੋਂ ਨਹੀਂ ਲਏ ਬਾਹਰੋਂ ਲਏ ਹੈ ਹੂੰ ਉਹ ਭਾਵਨਾਵਾਂ ਉਹਨਾਂ ਦੀਆਂ ਪੰਹਾਂ ਨੇ ਜੋ ਕਰਨਾ ਚਾਹੁੰਦੇ ਸੀ ਨਾ ਅਜੇ ਉਹ ਮਿੱਟੀਆਂ ਨਹੀਂ ਇਹਨਾਂ ਦੀਆਂ ਭਾਵਨਾਵਾਂ ਨੇ ਜਿਹੜੇ ਅਦਾਰੇ ਦੇ ਵਿੱਚੋਂ ਜ਼ਿਆਦਾ ਮੁਨਾਫਾ ਹੁੰਦਾ ਹੋਵੇ ਹੂੰ ਉਹ ਅਦਾਰੇ ਸਾਡੇ ਕਾਰਪੋਰੇਟ ਕੋਲ ਚਾਹੀਦੇ ਨੇ ਉਹ ਕੰਪਨੀਆਂ ਕੋਲੇ ਚਾਹੀਦੇ ਨੇ ਉਹ ਡਾਨੀਆਂ ਬਾਨੀਆਂ ਕੋਲੇ ਚਾਹੀਦੇ ਨੇ ਉਹ ਭਾਵਨਾ ਮੈਨਾਂ ਦੀ ਵਿੱਚ ਪਈ ਹੈ ਇਹਨਾਂ ਨੂੰ ਤਾਂ ਸਭੋਂ ਕਾਨੂੰਨ ਵਾਪਸ ਲੈ ਕੇ ਗੁੱਸਾ ਆਇਆ ਸਾਡੇ ਤੇ ਹੂੰ ਇਹਨਾਂ ਤਾਂ ਸਾਡੇ ਮੀਡੀਆ ਦੇ ਸਾਥੀਆਂ ਚੱਕੇ ਪਰਚੇ ਨਾਲ ਜੀ ਕੀਤੇ ਨੇ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਨਯੂਕਲਿਕ ਕਲਿਕ ਕਹਿੰਦਾ ਵੀ ਇਹ ਤਾਂ ਚੀਨ ਦੇ ਏਜੰਟ ਸੀ ਇਹਨਾਂ ਨੇ ਤਾਂ ਪੈਸਾ ਪੂਸਰ ਲਿਆ ਕੇ ਜਿਹਨੇ ਕਿਸਾਨਾਂ ਨੂੰ ਅੰਦੋਲਨ ਨੂੰ ਸਾਜ਼ਿਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਇੱਕ ਸਾਜ਼ਿਸ਼ ਸੀ ਇਹ ਪਲਾਨ ਸੀ ਘੜੀ ਹੋਈ ਵੀ ਅਸੀਂ ਪੈਸਾ ਲਿਆਵਾਂਗੇ ਕਿਸਾਨ ਲੀਡਰਾਂ ਨੂੰ ਗੰਡਾਂਗੇ ਗੰਡ ਕੇ ਦਿੱਲੀ ਦੇ ਮੋਰਚੇ ਤੇ ਬੈਠਣਗੇ ਉਹ ਉਹਨਾਂ ਨੇ ਆਪਣੀ ਪਲਾਨ ਮੁਤਾਬਕ ਕੇਂਦਰ ਹਕੂਮਤ ਨੂੰ ਖਤਰਾ ਤੇ ਰਾਜ ਇਹ ਸੰਸਦ ਆਪਣੀ ਦੇਸ਼ ਦੀ ਜਿਹੜੀ ਜਿਹੜੀ ਜਮਹੂਰੀਅਤ ਹੈ ਇਹਨੂੰ ਇੱਕ ਖਤਰਾ ਖੜਾ ਕਰਕੇ ਕੈਂਪ ਪਲਾਨ ਬਣਾਤੀ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਸਾਡੇ ਦੇਸ਼ ਨੂੰ ਤੋੜਨ ਦੀ ਸਾਡੇ ਦੇਸ਼ ਨੂੰ ਖੰਡੇਉਣ ਦੀ ਅੰਦੋਲਨ ਤਾਂ ਰਹਿ ਨਹੀਂ ਦਿੱਤਾ ਹੂੰ ਇਹ ਅਟੈਕ ਭਲਾ ਕਿਹਦੇ ਪਾਸੋਂ ਹੈ ਇਹ ਨਿਊਜ਼ ਕਲਿੱਕ ਤੇ ਅਟੈਕ ਨਹੀਂ ਹੂੰ ਇਹ ਕਿਸਾਨ ਅੰਦੋਲਨ ਦੇ ਆਗੂਆਂ ਦੇ ਉੱਤੇ ਅਟੈਕ ਹੈ ਵੀ ਇਹ ਇਹ ਗਦਾਰ ਨੇ ਹੂੰ ਇਹਨਾਂ ਨੇ ਤਿੰਨ ਕਾਨੂੰਨਾਂ ਦੀ ਲੜਾਈ ਨਿਊਜ਼ ਕਲਿੱਕ ਨਾਲ ਮਿਲ ਕੇ ਦੇਸ਼ ਨਾਲ ਗਦਾਰੀ ਕੀਤੀ ਹੈ ਹੂੰ ਆ ਫਤਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਇਸ ਕਰਕੇ ਰੜਕ ਦੇਖ ਲਓ ਕਿੱਥੇ ਪੰਦੀ ਹੈ ਉਦੇ ਚ ਪੰਜਾਬ ਤੇ ਜਿਆਦਾ ਰੜਕ ਪੈਂਦੀ ਹੈ ਜੇ ਪੰਜਾਬ ਦੀ ਰੜ ਕਹਿਣਾ ਹੋਵੇ ਜਿਹੜਾ ਦੌਰਾ ਸੀ ਮੋਦੀ ਸਾਹਿਬ ਦਾ ਜੀ ਤੁਸੀਂ ਪੰਜਾਬ ਚ ਹੀ ਰਹਿੰਦੇ ਹੋ ਖਾਸ ਕਰਕੇ ਰਾਮਪੁਰਾ ਛੋਡੇ ਨੇ ਦਾ ਸ਼ਹਿਰ ਹੈ ਜੀ ਤੁਸੀਂ ਦੱਸੋ ਵੀ ਆਪਾਂ ਕਾਲ ਦੇਤੀ ਮੋਦੀ ਸਾਹਿਬ ਆ ਰਹੇ ਗਰੋਧ ਕਰਨਾ ਪ੍ਰੋਟੈਸਟ ਕਰਨ ਦਾ ਅਧਿਕਾਰ ਤਾਂ ਜ਼ਬੂਰੀਤ ਦਿੰਦੀ ਹੈ ਨਾ ਸਾਨੂੰ ਸਾਰਿਆਂ ਨੂੰ ਜੀ ਅਸੀਂ ਜ਼ਿਲ੍ਹਾ ਪੱਧਰ ਤੇ ਪ੍ਰੋਟੈਸਟ ਕਰਨ ਦੇ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਕਰਨ ਦਾ ਸੱਦਾ ਦਿੰਦਾ ਹਾਂ ਹਮ ਸੰਯੁਕਤ ਮੋਰਚਾ ਜੀ ਬਟ ਉਦੋਂ ਇਹ ਦੱਸੋ ਵੀ ਕਿਸੇ ਜਗ੍ਹਾ ਤੇ ਮੋਦੀ ਦੇ ਕਾਫਲੇ ਤੇ ਕੋਈ ਅਟੈਕ ਕੋਈ ਲਾਠੀ ਚਾਰਜ ਕਿਤੇ ਪੁਲਿਸ ਨਾਲ ਟਕਰਾਅ ਕਿਤੇ ਹੋਇਆ ਹੂੰ ਕਿਹੜੀ ਗੱਲ ਤੋਂ ਬੋਲਿਆ ਸੀ ਮੋਦੀ ਮੈ ਮਿਲ ਜਾਣ ਨੂੰ ਖਤਰਾ ਕਹਿਦੇ ਚੰਨੀ ਬਦਨਾਮ ਕਰਨ ਦੀ ਖਾਤਰੀ ਐ ਮੈਂ ਵੀ ਜਾਣ ਨਾ ਜਾਣ ਦਾ ਪੰਡਾਲ ਦੇ ਵਿੱਚ ਕਾਰਨ ਹੋਰ ਐ ਹੂੰ ਉਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਬਾਪਸ ਮੁੜਨ ਦਾ ਕਾਰਨ ਕੋਈ ਹੋਰ ਐ ਬਦਨਾਮ ਹੋ ਜਾਂਦੇ ਬੰਦਿਆਂ ਨੂੰ ਕਰ ਰਹੇ ਇਸ ਕਰਕੇ ਉਹ ਅਜੇ ਅਟੈਕ ਤੇ ਉਹ ਨੀਤੀ ਨਹੀਂ ਬਦਲੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਿਹੜੇ ਉਹਨਾਂ ਨੂੰ ਵਾਪਸ ਲੈ ਰਹੇ ਉਹ ਕਾਨੂੰਨ ਲਾਗੂ ਕਰਨ ਦੀ ਇੱਛਾ ਉਹਦੀ ਗਈ ਨਹੀਂ ਪਰ ਜਿਹੜੀ ਪਾਰਲੀਮੈਂਟ ਦੇ ਵਿੱਚ ਉਹ ਕਾਨੂੰਨ ਬਣੇ ਜੀ ਉਸੇ ਪਾਰਲੀਮੈਂਟ ਦੇ ਵਿੱਚ ਵਾਪਸ ਹੋਏ ਹੂੰ ਉਸੇ ਇੱਕ ਸਰਕਾਰ ਦੇ ਰਾਸ਼ਟਰਪਤੀ ਨੇ ਉਹਨਾਂ ਦਾ ਵਾਪਸ ਹੋਏ ਰੱਦ ਹੋਏ ਕਾਨੂੰਨਾਂ ਤੇ ਸਾਈਨ ਕੀਤੇ ਹੂੰ ਇਹ ਹੀ ਛੋਟੀ ਗੱਲ ਨਹੀਂ ਇਹ ਪ੍ਰਾਪਤੀ ਬਹੁਤ ਵੱਡੀ ਹੈ ਜੀ ਦੂਜੇ ਪਾਸੇ ਜਿਵੇਂ ਹੁਣ ਤੁਸੀਂ ਗੱਲ ਕਰਤੀ ਜਥੇਬੰਦੀਆਂ ਦਾ ਦੋ ਫਾੜ ਹੋਣਾ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਵੀ ਜਿਹੜੀਆਂ ਕਈ ਨਵੀਆਂ ਜਥੇਬੰਦੀਆਂ ਬਣੀਆਂ ਜਾਂ ਪ੍ਰਾਣੀਆਂ ਜਥੇਬੰਦੀਆਂ ਉੱਥੇ ਵੀ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀ ਖਾਸ ਕਰਕੇ ਜੇ ਸੱਤਾਧਰ ਪਾਰਟੀ ਜਿਹੜੀ ਸੈਂਟਰ ਦੇ ਵਿੱਚ ਬੈਠੀ ਆ ਉਹਨਾਂ ਨੇ ਥੋੜੇ ਬੰਦੇ ਪੱਟ ਲਏ ਬਿਲਕੁਲ ਦੁਸ਼ਮਣ ਨੂੰ ਕੌਣ ਕਮਜੋ ਮੈਂ ਸਾਨੂੰ ਕਹਿਣਾ ਵੀ ਜਦੋਂ ਦੇ ਇਹ ਕਾਨੂੰਨ ਵਾਪਸ ਲੈ ਨੇ ਮੋਦੀ ਹਕੂਮਤ ਉਦੋਂ ਵੀ ਜਦੋਂ ਅਸੀਂ ਧਰਨਾ ਇੱਥੇ ਬੈਜਦੇ ਵੈਸੇ ਮੋਦੀ ਹਕੂਮਤ ਉਦੋਂ ਵੀ ਲਗਾਤਾਰ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੇ ਲੱਗੇ ਹੂੰ ਲਗਾਤਾਰ ਉਹਨੀਆਂ ਕੋਸ਼ਿਸ਼ਾਂ ਰਹੀਆਂ ਨੇ ਜੀ ਵੀ ਇਹਦੇ ਸਾਟ ਕਿੱਥੋਂ ਮਾਰ ਦੀਏ ਹੂੰ ਇਹ ਅੰਦੋਲਨ ਦੇ ਵਿੱਚ ਪਾੜ ਕੇ ਨੇ ਲਾ ਦੀਏ ਮੋਦੀ ਹਕੂਮਤ ਨੂੰ ਝਕਾਉਣ ਵਾਲਾ ਇੱਕ ਕਿਸਾਨਾਂ ਦਾ ਸਮੂਹ ਸੀ ਹੂੰ ਜਿਹਨੂੰ ਲੋਕਾਂ ਦਾ ਬਹੁਤ ਵੱਡਾ ਸਮਰਥਨ ਸੀ ਹੂੰ ਇਹਦੀ ਵੀ ਅਸੀਂ ਬਹੁਤ ਸਿਆਣੇ ਚ ਤੁਹਾਨੂੰ ਤਾਂ ਸਮਰਥਨ ਮਿਲ ਗਿਆ ਮੁੱਦਾ ਇਹੋ ਜਿਹਾ ਸੀ ਜਿਹੜਾ ਲੋਕਾਂ ਦੇ ਚੁੱਲ੍ਹੇ ਨਾਲ ਜੁੜਿਆ ਹੋਇਆ ਸੀ ਉਹ ਜਦੋਂ ਲੋਕਾਂ ਦੇ ਸਮਝ ਆ ਗਿਆ ਇਹਨੂੰ ਜਿੰਨਾ ਵੱਡਾ ਹੰਗਾਰਾ ਮਿਲ ਗਿਆ ਇਹ ਵੱਡੀ ਬੱਟੀ ਤਾਕਤ ਜੁੜ ਗਈ ਜੀ ਤਾਂ ਮੋਦੀ ਨੂੰ ਹਾਰਨਾ ਪੈ ਗਿਆ ਇਹ ਉਹਨੂੰ ਰੜਕ ਪੈਂਦੀ ਹੈ ਹੂੰ ਫਿਰ ਉਹਦੇ ਵਾਸਤੇ ਸਮੱਸਿਆ ਬਣ ਗਈ ਵਿਰੋਧੀ ਪਾਰਟੀਆਂ ਦਾ ਮੈਂ ਸਾਰੀਆਂ ਕੁੱਟ ਲਈ ਹੂੰ ਇਹ ਕਿਸਾਨ ਤਾਕਤ ਹੈ ਜਿਹੜੀ ਵੱਡੀ ਹੈ ਜਿਹੜੀ ਜਿਹਨੂੰ ਆਰਗੇਨਾਈਜ਼ ਕੀਤਾ ਹੈ ਇਹ ਵੱਡੀ ਤਾਕਤ ਨੂੰ ਇਹਦੇ ਵਿੱਚ ਸੰਨ ਲਾਇਆ ਜਾਵੇ ਪਾੜ ਲਾਇਆ ਜਾਵੇ ਇਹਨੂੰ ਤੋੜਿਆ ਜਾਵੇ ਇਹਨੂੰ ਕਮਜ਼ੋਰ ਕੀਤਾ ਜਾਵੇ ਇਹ ਉਦਣ ਦਾ ਲੱਗਿਆ ਹੋਇਆ ਹੈ ਕਿ ਕੁਝ ਹੱਦ ਤੱਕ ਉਹ ਕਾਮਯਾਬ ਹੋਇਆ ਹੈ ਛੋਟੇ ਬੰਦੇ ਵਿਕੇ ਨੇ ਨਹੀਂ ਮੈਂ ਕਹਿ ਸਕਦਾ ਹੂੰ ਇਹ ਗੜਾ ਗਲਤ ਹੁੰਦਾ ਹੈ ਪਰ ਉਹਨੇ ਪਾੜ ਲਾਇਆ ਸਾਨੂੰ ਲਾਇਆ ਉਹਨੇ ਕੋਸ਼ਿਸ਼ ਕੀਤੀ ਹੈ ਖੰਡਾਉਣ ਦੀ ਤੋੜਨ ਦੀ ਇੱਕ ਤੁਹਾਡੇ ਸਮਝਣ ਦੀ ਗੱਲ ਹੈ ਜੀ ਵੀ ਜਦੋਂ ਅਸੀਂ ਦਿੱਲੀ ਮੋਰਚੇ ਤੇ ਕਾਨੂੰਨਾਂ ਵਾਪਸ ਹੋ ਕੇ ਕੁਝ ਮੰਗਾਂ ਦਿੱਲੀ ਨਾ ਮੋਰਚੇ ਨਾਲ ਜੁੜੀਆਂ ਰਹਿ ਗਈਆਂ ਜੀ ਉਦੋਂ ਇੱਕ ਹਿੱਸੇ ਦੀ ਇਹ ਗੱਲ ਆ ਗਈ ਕਿ ਅਸੀਂ ਜਾਣਾ ਛੇਤੀ ਉਹਨਾਂ ਨੂੰ ਵਾਪਸ ਉਹਨਾਂ ਨੂੰ ਅਸੀਂ ਰੋਕ ਕੇ ਕੁਝ ਜਗ ਇੱਕ ਹਿੱਸੇ ਦੀ ਇਹ ਗੱਲ ਆ ਗਈ ਉਸੇ ਅੰਦੋਲਨ ਚ ਵੀ ਜਿੰਨਾਂ ਚ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਦਾ ਅਸੀਂ ਨਹੀਂ ਜਾਂਦੇ ਹੂੰ ਸਾਰੀਆਂ ਸਟੇਟਾਂ ਦੇ ਵਿੱਚ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਹੂੰ ਖੇਤੀ ਵਿਗਿਆਨੀਆਂ ਨੂੰ ਪੁੱਛ ਲਓ ਇੱਕ ਨਵ ਕਨੋਮੀ ਦੇ ਮਹਾਰਾ ਨੂੰ ਪੁੱਛ ਲਓ ਹੂੰ ਐਸ ਕਾਨੂੰਨਾਂ ਦੀ ਲੜਾਈ ਲੜੋ ਕਿਤੇ ਵੱਡੀ ਲੜਾਈ ਆ ਹੂੰ ਅਸੀਂ ਕਹੇ ਵੀ ਇਹ ਲੜਾਈ ਠੀਕ ਹੈ ਇਹ ਵੱਡੀ ਹੈ ਜਾਣ ਵਾਲਾ ਸੀ ਹਿੱਸਾ ਉਹਨੂੰ ਟਿਕਾਇਆ ਵੀ ਕੁਛ ਦਿਨ ਖੜੋ ਜੀ ਮੰਗਾ ਤੇ ਆਪਾਂ ਕੁਛ ਨਾ ਕੁਛ ਲਈਏ ਹੂੰ ਉਹ ਕਹਿ ਇਦਰੀ ਹੋਗੇ ਮੰਨ ਲਈ ਇਹ ਕੇਸਾ ਹੈ ਸੀ ਵੀ ਜੇ ਤੁਸੀਂ ਸਾਰੇ ਚਲੇ ਜਾਓਗੇ ਅਸੀਂ ਤਾਂ ਇਕੱਲੇ ਖੜਾਂਗੇ ਹੂੰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਇਕੱਠੇ ਆਇਆ ਹੂੰ ਇਕੱਠੇ ਜਾਈਏ ਇਹਦਾ ਪ੍ਰਭਾਵ ਚੰਗਾ ਜਾਊਗਾ ਹੂੰ ਕੁਝ ਚਲੇਗੇ ਕੁਝ ਬੈਠਗੇ ਇਹਦਾ ਪ੍ਰਭਾਵ ਚੰਗਾ ਚਾਊਗਾ ਜਿੱਤਿਆ ਹਾਂ ਮੋਰਚਾ ਹਾਰਨਬਰਗਾ ਬਣੂਗਾ ਇਹਨੂੰ ਐ ਨਾ ਕਰੋ ਇਸ ਕਰਕੇ ਸਾਡੇ ਵਾਸਤੇ ਕਾਮਯਾਬੀ ਇਹ ਹੈ ਵੀ ਅਸੀਂ ਸਨ ਤਾਂ ਉੱਥੇ ਲੱਗੇ ਸ਼ੁਰੂ ਹੋਏ ਸੀ ਅਸੀਂ ਸਾਰਿਆਂ ਨੂੰ ਇਕੱਠੇ ਲੈ ਕੇ ਗਏ ਅਸੀਂ ਸਾਰੇ ਇਕੱਠੇ ਵਾਪਸ ਆ ਗਏ ਹੂੰ ਕਿਹਨੇ ਕਿਹਦੇ ਨਾਲ ਤਰਲੇ ਮਿੰਨ ਤਾਂ ਕੀਤੀਆਂ ਅੱਡ ਗੱਲਾਂ ਜੀ ਉਹ ਸਾਡੀ ਕਾਮਯਾਬੀ ਹੋਈ ਹੈ ਉਹ ਤੋਂ ਬਾਅਦ ਫਿਰ ਛਿੰਡੇ ਪਿੰਡ ਵੀ ਤਾਂ ਹੋਈ ਹੈ ਹੂੰ ਇੱਕ ਰਾਜ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਬਣ ਕੇ ਹੂੰ ਕੁਝ ਜਥੇਬੰਦੀਆਂ ਨੇ ਚੋਣਾਂ 'ਚ ਹਿੱਸਾ ਲੈ ਲਿਆ ਹਾਂ ਬਿਲਕੁਲ ਉਹ ਚੋਣਾਂ ਵਾਲੀ ਹਿੱਸਿਆਂ ਦੇ ਵਿੱਚ ਜਿਹੜੀਆਂ ਕੁਝ ਜਥੇਬੰਦੀਆਂ ਆਈਆਂ ਉਹਨਾਂ ਨੇ ਕਿਹਾ ਵੀ ਸਤ ਤੋਂ ਤਾਂ ਫਰਕ ਰਹੇਗਾ ਨਹੀਂ ਤੁਹਾਨੂੰ ਲੱਗਦਾ ਵੀ ਜਿਹੜਾ ਚੋਣਾਂ 'ਚ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆਗਾ ਉਹ ਵੀ ਉਹਨਾਂ ਦੀ ਇੱਕ ਮਜਬੂਰੀ ਸੀ ਵੀ ਵਾਦਾ ਕੀਤਾ ਵਾ ਸੀਗਾ ਦੇਖੋ ਕੁਝ ਕਹਿ ਨਹੀਂ ਸਕਦੇ ਰਤ ਨੇ ਤਾਂ ਆਏ ਕੋਈ ਵੀ ਉਹਨਾਂ ਦੀ ਕਿਸੇ ਨਾਲ ਕਮਿਟਮੈਂਟ ਸੀ ਆਪਾਂ ਇਹ ਨਹੀਂ ਕਹਿ ਸਕਦੇ ਇਹ ਲਾਲਸਾ ਮਾ ਹੋ ਸਕਦੀਆਂ ਨੇ ਤੇਰੀ ਲਾਲਸਾ ਮੇਰੀ ਲਾਲਸਾ ਦਾ ਵੱਖਰਾ ਵੱਖਰਾ ਹਿੱਸਾ ਆ ਸਿੱਟੇ ਸਿੱਟੇ ਸਮੇਂ ਸਾਨੂੰ ਇਹ ਲੱਗ ਸਕਦਾ ਵੀ ਜੇ ਮੈਂ ਆ ਮੇਰੀ ਫਿਰ ਜ਼ਿੰਦਗੀ ਲਾਂਕੀ ਮੇਰਾ ਜੀ ਵੀ ਮੈਂ ਹੁਣ ਤਾਂ ਗੱਜੇਵਾਲ ਸਾਹਿਬ ਨੇ ਕਹੀ ਜਾਂ ਮੀਟਿੰਗ ਦੇ ਵਿੱਚ ਮੈਂ ਤਾਂ ਮੁੱਖ ਮੰਤਰੀ ਬਣਨਾ ਸੀ ਮਿੰਦਾ ਹੁਣ ਤੁਸੀਂ ਨਹੀਂ ਮੈਨੂੰ ਬਣਨ ਦਿੱਤਾ ਹੂੰ ਚਲ ਇੱਕ ਗੱਲ ਇਹ ਵੀ ਚਲ ਉਹ ਉਹਨਾਂ ਦੀ ਐ ਲੱਗਦਾ ਸੀ ਵੀ ਸਾਡੀ ਜਾਂ ਦਾ ਲੱਗਦਾ ਸਾਡਾ ਮੌਕਾ ਸਾਡਾ ਹੈ ਇਸ ਵੇਲੇ ਚਾਰ ਪੂਰੀ ਜਿੰਦਗੀ ਸੰਘਰਸ਼ੀ ਤਾਂ ਨਹੀਂ ਕਰਨਾ ਜੇ ਕੁਰਸੀ ਸਾਹਮਣੇ ਤਾਂ ਕਿਤੇ ਮੌਕਾ ਮਿਲਦਾ ਮੁੱਖ ਮੰਤਰੀ ਬਣਦਾ ਕਿਸੇ ਦੀ ਲਾਲਸਾ ਨਹੀਂ ਹੋ ਸਕਦੀ ਉਹ ਅਟੇਕਲ ਹੈ ਉਹ ਚੋਣ ਲੜ ਲੈਂਦੇ ਸਾਨੂੰ ਇਸ ਗੱਲ ਤੇ ਇਤਰਾਜ਼ ਨਹੀਂ ਹੂੰ ਸਾਡੀ ਜਥੇਬੰਦੀ ਦੀ ਇਹ ਕੋਸ਼ਿਸ਼ ਚੋਣ ਲੜਨ ਤੇ ਕੋਈ ਬੰਦਾ ਚੋਣ ਲੜਦਾ ਲੜ ਲਵੇ ਆਜ਼ਾਦ ਉਹਨਾਂ ਦੀ ਜਥੇਬੰਦੀ ਆਪਦੇ ਆਪ ਨੂੰ ਪਾਰਟੀ ਚ ਬਦਲ ਲੈਂਦੀ ਹੈ ਹੂੰ ਉਹਦੇ ਤਰ੍ਹਾਂ ਸਾਡਾ ਕਿਉਂਕਿ ਉਹ ਜਨਤਕ ਉਹ ਸਾਡਾ ਉਹਨਾਂ ਨਾਲ ਸਾਡਾ ਮਨ ਚ ਸਾਂਝਾ ਨਹੀਂ ਹੋ ਸਕਦਾ ਜਦੋਂ ਇਹਨਾਂ ਨੇ ਰਾਜਵਾਲ ਹਸਾਬ ਹਰਨ ਨੇ ਸੰਯੁਕਤ ਸਮਾਜ ਪਾਰਟੀ ਬਣਾਈ ਹੈ ਸਾਨੂੰ ਉਸੇ ਵੇਲੇ ਮੀਡੀਆ ਦਾ ਸਵਾਲ ਆ ਗਿਆ ਵੀ ਦੱਸੋ ਹੁਣ ਤੁਸੀਂ ਇਹ ਤੇ ਕੀ ਕਹਿਣਾ ਚਾਹੁੰਦੇ ਹੂੰ ਫਿਰ ਅਸੀਂ ਇੱਧਰ ਵਿਚਾਰ ਕਰਕੇ ਕਿਹਾ ਵੀ ਸਾਨੂੰ ਇਹਨਾਂ ਨਾਲ ਨਾਤਾ ਤੋੜਨਾ ਚਾਹੀਦਾ ਹੂੰ ਅਸੀਂ ਸਿਰਫ ਸੁਮੁਖਤ ਸਮਾਜ ਮੋਰਚੇ ਨਾਲੋਂ ਪਾਰਟੀ ਨਾਲੋਂ ਨਾਤਾ ਤੋੜਿਆ ਸੀ ਆਪਦਾ ਹੂੰ ਵੀ ਹੁਣ ਸੰਯੁਕਤ ਸਮਾਜ ਮੋਰਚਾ ਇਹ ਪਾਰਟ ਨਹੀਂ ਰਿਹਾ ਹੂੰ ਇਹਨੂੰ ਕਿਸੇ ਨੇ ਕਹਿਤਾ ਵੀ ਕੱਢ ਦੇ ਹੂੰ ਕਿਸੇ ਨੇ ਕਹਿਤਾ ਵੀ ਉਹਨਾਂ ਦੇ ਕਾਰਵਾਈ ਕਰਤੀ ਹੂੰ ਜਿਵੇਂ ਚੋਣਾਂ ਲੜਨ ਦੀ ਹੁਣ ਆਪਦੇ ਇਹਦੀ ਵਿਆਖਿਆ ਕਿਸੇ ਨੇ ਅਡਡ ਕੀਤੀ ਹੈ ਚਲੋ ਐ ਨਹੀਂ ਵੀ ਮੈਂ ਅਸੀਂ ਨਹੀਂ ਕੀਤੀ ਹੋਰਾਂ ਨੇ ਖਾਸ ਨੇ ਇਹਦੀ ਵਿਆਖਿਆ ਹੋਰ ਤਰ੍ਹਾਂ ਕੀ ਤਰੀਕੇ ਨਾਲ ਕੀਤੀ ਹੈ ਪਰ ਤੁਹਾਨੂੰ ਲੱਗਦਾ ਵੀ ਲੋਕਾਂ ਦੇ ਵਿੱਚ ਵੀ ਹੁਣ ਜਿਵੇਂ ਤੁਸੀਂ ਵੀ ਤੁਹਾਡੀ ਜਥੇਬੰਦੀ ਵੀ ਧਰਨੇ ਲਾਉਂਦੀ ਹੈ ਤੁਹਾਡੇ ਚੋਂ ਵੀ ਕੁਝ ਨੌਜਵਾਨ ਨਿਕਲ ਕੇ ਇੱਕ ਉਹਨਾਂ ਨੇ ਅਲੱਗ ਜਥੇਬੰਦੀ ਬਣਾਈ ਡਕੌਂਝਾ ਤੋਂ ਨਿਕਲਪ ਕੇ ਵੀ ਦੋ ਢੜੇ ਬਣ ਕੇ ਬਹੁਤ ਸਾਰੇ ਵੀ ਜਿਹੜਾ ਲੋਕਾਂ ਦਾ ਇੱਕ ਟਰਸਟ ਸੀ ਵਿਸ਼ਵਾਸ ਸੀ ਉਹ ਵੀ ਤੁਸੀਂ ਕਿਤੇ ਨਾ ਕਿਤੇ ਗਵਾਇਆ ਹੈਗਾ ਤੁਹਾਨੂੰ ਇਹ ਮਹਿਸੂਸ ਹੁੰਦਾਗਾ ਵੀ ਦੇਖੋ ਕੁਸ ਆਗੂਆਂ ਦਾ ਕਿਸੇ ਜਥੇਬੰਦੀ ਨਾਲ ਵੱਖਣਾ ਹੋਣਾ ਹਮ ਅੱਡ ਹੋਣਾ ਇਹਦੇ ਮਾਪਾ ਇਹ ਨਹੀਂ ਕਹਿ ਸਕਦੇ ਵੀ ਲੋਕਾਂ ਦਾ ਅਸੀਂ ਵਿਸ਼ਵਾਸ ਗੁਮਾ ਲਿਆ ਹੂੰ ਮੇਰਾ ਵਿਸ਼ਵਾਸ ਤੁਹਾਡੇ ਤੋਂ ਟੁੱਟਣਾ ਸੋਡਾ ਵਿਸ਼ਵਾਸ ਮੇਰੇ ਤੋਂ ਟੁੱਟਣਾ ਇਹ ਲੋਕਾਂ ਦਾ ਵਿਸ਼ਵਾਸ ਨਹੀਂ ਗਿਆ ਜਸ ਹੂੰ ਲੋਕਾਂ ਦਾ ਵਿਸ਼ਵਾਸ ਸਮੂਕ ਦਾ ਹੁੰਦਾ ਜੀ ਸਮੂਕ ਕਰਦੇ ਹੁੰਦੇ ਆ ਹੂੰ ਉਹ ਤੇ ਕਹਿੰਦਾ ਮੈਨੂੰ ਮੈਂ ਹੁਣ ਤੁਹਾਨੂੰ ਇੰਟਰਵਿਊ ਦੇਈ ਜਾਣਾ ਮੈਨੂੰ ਇੰਟਰਵਿਊ ਦੇ ਵਿੱਚ ਕਿਹਦੇ ਗद्दार ਦੀ ਇੰਟਰਵਿਊ ਕਰੀ ਜਾਂਦੇ ਬਥੇਰੇ ਕਹਿਣਗੇ ਜੀ ਮੈਨੂੰ ਵੀ ਗद्दार ਕਹਿਣ ਵਾਲੇ ਬਹੁਤ ਆ ਹੂੰ ਇਸ ਕਰਕੇ ਅਸੀਂ ਕਹਿੰਦੇ ਆ ਵੀ ਲੋਕਾਂ ਦਾ ਜਿਨ੍ਹਾਂ ਲੋਕਾਂ ਦੀ ਖਾਤਰ ਅਸੀਂ ਕੰਮ ਕਰਦੇ ਆ ਜਿੰਨੇ ਉਹਨਾਂ ਦਾ ਸਾਡੇ ਤੋਂ ਵਿਸ਼ਵਾਸ ਉੱਠ ਖੜਿਆ ਜਿਨ੍ਹਾਂ ਨਾਲ ਜੁੜ ਕੇ ਅਸੀਂ ਕੰਮ ਕਰਦੇ ਆ ਫਿਰ ਕੰ ਮੰਨਨਾ ਗਿਆ ਸੀ ਵੀ ਹਾਂ ਸਾਡੇ ਬਹੁਤ ਵੱਡੀ ਕੋਈ ਕਥਾਈ ਹੋਈ ਹੈ ਜਿਹਦੇ ਕਰਕੇ ਲੋਕ ਸਾਡੇ ਤੋਂ ਵਿਸ਼ਵਾਸ ਕਰਨ ਨੂੰ ਹਟ ਗਏ ਅੱਡ ਹੋਣ ਦੇ ਵਿੱਚ ਪਾਲਿਸੀ ਦਾ ਵੀ ਫਰਕ ਪੈਂਦਾ ਕਿਸੇ ਨੂੰ ਨੀਤੀ ਪਸੰਦ ਨਹੀਂ ਆਈ ਸਾਡੀ ਹੁਣ ਇੱਕ ਪਾਲਿਸੀ ਸੀ ਜਿਹਦਾ ਮੈਂ ਕੱਲ ਸਟੇਜ ਤੇ ਵੀ ਬੋਲਿਆ ਸਾਡੇ ਰਿਸ਼ਤੇ ਕਿਸੇ ਨਾਲ ਕੁਝ ਵੀ ਹੋਣ ਜਥੇਬੰਦ ਕਹਤੋਂ ਪਰ ਜੇ ਸਰਕਾਰ ਕਿਸੇ ਤੇ ਅਟੈਕ ਕਰਦੀ ਆਸੀਂ ਉਹਦੀ ਮਦਦ ਤੇ ਹਰ ਹਾਲਤ ਚ ਜਾਵਾਂਗੇ ਹੂੰ ਸਾਡੇ ਨੀਤੀ ਦਾ ਬਖਰੇਵਾ ਕਿੰਨਾ ਹੈ ਉਹਦੇ ਨਾਲ ਇਹ ਅੱਡ ਗੱਲ ਹੈ ਇਹ ਅਸੀਂ ਅਧਾਰਨਾ ਦੇ ਸਕਦੇ ਹਾਂ ਸਰਜੀਤ ਫੂਲ ਵਾਲੀ ਮਨਜੀਤ ਧਨੇਰ ਵਾਲੀ ਜਲੂਰ ਤੇ ਮਜ਼ਦੂਰਾਂ ਤੇ ਹੋਏ ਅਟੈਕ ਵਾਲੀ ਗਾਜੀਪੁਰ ਦੇ ਉੱਤੇ ਹੋਏ ਅਟੈਕ ਵਾਲੀ ਉਧਰ ਮਜਦੂਰ ਕਿਸਾਨ ਤੇ ਜਦੋਂ ਹੋਇਆ ਅਟੈਕ ਉਹਨਾਂ ਲਈ ਸ਼ਾਹਜਹਾਂਪੁਰ ਦੇ ਨਾਤੀ ਦੇ ਟੈਕ ਗਾਲੀ ਮੋਰਚੇ ਦਰਾਂਨ ਵੀ ਅਸੀਂ ਤਿੰਨੇ ਥਾਵਾਂ ਤੇ ਉਹਨਾਂ ਦੀ ਮਦਦ ਤੇ ਜਾਂਦੇ ਹਾਂ ਇਹ ਟ੍ਰੈਂਡ ਹੈ ਜਿਹੜਾ ਸਾਡਾ ਬਦਲਦਾ ਨਹੀਂ ਨਹੀਂ ਰਹੂਗਾ ਮੈਂ ਬਹੁਤ ਖੁੱਲੇ ਮਨ ਨਾਲ ਕੱਲ੍ਹ ਵੀ ਸਟੇਜ ਤੋਂ ਬੋਲ ਇੱਕ ਹੋਰ ਹੈ ਇੱਕ ਜਿਹੜਾ ਲੋਕਾਂ ਦਾ ਆਮ ਸੰਵਾਲ ਆਇਆ ਵੀ ਹੁਣ ਇਹ ਚੰਡੀਗੜ੍ਹ ਗਏ ਸੀ ਉੱਥੋਂ ਕੀ ਲੈ ਜਾਂਦਾ ਮਤਲਬ ਉੱਥੇ ਉਹ ਜਿਹੜੀ ਉਹ ਲੋਕਾਂ ਨੂੰ ਤੁਸੀਂ ਉੱਥੇ ਸਮਝਾਉਣ ਚ ਮਤਲਬ ਉਸ ਹਾਲਵ ਨਾਲ ਤੁਸੀਂ ਫੇਲ ਹੋ ਰਹੇ ਹੋ ਕਿ ਪਾਸ ਹੋ ਰਹੇ ਹੋ ਤੁਹਾਨੂੰ ਕੀ ਲੱਗਦਾ ਮਤਲਬ ਲੋਕ ਕਹਿ ਦਿੰਦੇ ਆ ਵੀ ਕਿਉਂਕਿ ਪੰਜਾਬ ਸਰਕਾਰ ਨੂੰ ਲੈ ਕੇ ਵੀ ਸਵਾਲ ਹੋਗੇ ਨਾ ਵੀ ਪੰਜਾਬ ਆਮ ਆਮ ਜਨਤਾ ਨੂੰ ਅਸੀਂ ਨਹੀਂ ਸਮਝਾ ਸਕਦੇ ਕਿਉਂਕਿ ਨਹੀਂ ਇਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਤੁਸੀਂ ਰਵੀਸ਼ ਦੀ ਇੰਟਰਵਿਊ ਪੜ੍ਹੀ ਹੋਣੀ ਜੀ ਉਹ ਇਹ ਸੀ ਇਹ ਜਿਹੜੇ ਪ੍ਰਚਾਰ ਇਹ ਪ੍ਰਚਾਰ ਹੈ ਵੀ ਮੋਰਚਾ ਤਾਂ ਜੀ ਸੰਯੁਕਤ ਮੋਰਚਾ ਤਾਂ ਦਿੱਲੀ ਤੋਂ ਬਾਅਦ ਖਿੰਡ ਗਿਆ ਹਾਂ ਸੰਯੁਕਤ ਮੋਰਚਾ ਤਾਂ ਹੈ ਹੀ ਨਹੀਂ ਜੀ ਕਿਉਂਕਿ ਸਾਡੇ ਅੰਦੋਲਨ ਜਿਹੜੇ ਨੇ ਸੀਮਤਾਵਾਂ ਤੇ ਹੁੰਦੇ ਇੱਕ ਥਾਂ ਤੇ ਹੁੰਦੇ ਉਹਦੀ ਪ੍ਰਚਾਰ ਜਾਂ ਮੋਹਮ ਹਾਈਲਾਈਟ ਹੁੰਦੇ ਨਹੀਂ ਸੀ ਉਹਦੇ ਬਾਰੇ ਹੂੰ ਇਹ ਮੋਰਚਾ ਕੋਈ ਬਹੁਤ ਵੱਡੀ ਪ੍ਰਾਪਤੀ ਕਰਕੇ ਆਊਗਾ ਬਹੁਤ ਵੱਡਾ ਕਾਨੂੰਨ ਵਾਪਸ ਕਰਾਏ ਆਊਗਾ ਆ ਉਹ ਪਰਚੇ ਜਿਹੜੇ ਉਹਨਾਂ ਨੇ ਰੱਦ ਕੀਤੇ ਨੇ ਬਣਾਏ ਨੇ ਰੱਦ ਕਰਾਇਆ ਮਾਂਗੇ ਐਮਐਸਪੀ ਦਾ ਗਾਰੰਟੀ ਕਾਨੂੰਨ ਬਣ ਜੂ ਇਹ ਉਸ ਤਰ੍ਹਾਂ ਦਾ ਮੋਰਚਾ ਹੈ ਉਹ ਲਾਉਣ ਚੱਲਿਆ ਸੀ ਇਸ ਤਰ੍ਹਾਂ ਦਾ ਪ੍ਰਚਾਰ ਸਾਡਾ ਨਾ ਸੀ ਨਾ ਹੈ ਨਾ ਇਹ ਗੱਲ ਸੀ ਅਸੀਂ ਹਾਸਲ ਕੀ ਕੀਤਾ ਸੀ ਅਸੀਂ ਹਾਸਲ ਇਹ ਕੀਤਾ ਵੀ ਜਿਹੜੇ ਸੰਯੁਕਤ ਮੋਰਚੇ ਨੂੰ ਮੋਦੀ ਸਾਹਿਬ ਨੇ ਪ੍ਰਚਾਰਿਆ ਸੀ ਮੈਂ ਖਤਮ ਕਰਤਾ ਉਹਦੀ ਨੀਤੀ ਪਾਲਿਸੀ ਨਾਲ ਹੂੰ ਕੋਆਖੜੇ ਹੂੰ ਇਹ ਦਿਖਾਇਆ ਦੇ ਨਾਲ ਕਾਲ ਕੀਤੀ ਹੈ ਵੀ ਜਿੱਥੇ ਤੁਸੀਂ ਆਪਣੀ ਤਿਆਰੀ ਕਰ ਰਹੇ ਹੋ 2024 ਦੀ ਅਸੀਂ ਵੀ ਉਹਨਾਂ ਸੱਥਾਂ ਦੇ ਵਿੱਚ ਜਾਣ ਵਾਸਤੇ ਘੇਰਨ ਵਾਸਤੇ ਆਪਣੀ ਤਿਆਰੀ ਕਰ ਰਹੇ ਹਾਂ ਹੂੰ ਸਵਾਲ ਪੁੱਛਾਂਗੇ ਤੁਹਾਨੂੰ ਤੁਹਾਨੂੰ ਘੇਰਾਂਗੇ ਅਸੀਂ ਹੂੰ ਅਸੀਂ ਤਾਂ ਪ੍ਰਾਪਤ ਹੀ ਕਰ ਲਿਆ ਤੁਕਲਾ ਤੁਸੀਂ ਭਾਜਪੀ ਨੂੰ ਹੀ ਘੇਰੋਗੇ ਕਿ ਸੂਬਾ ਸਰਕਾਰਾਂ ਨੂੰ ਵੀ ਘੇਰੋਗੇ ਦੇਖੋ ਕੇਂਦਰ ਸਰਕਾਰ ਦੇ ਨਾਲ ਸਾਡਾ ਸਵਾਲ ਇਹ ਨਾਲ ਹੂੰ ਜਿਹੜੀ ਸੂਬਾ ਸਰਕਾਰ ਦਾ ਸਵਾਲ ਤਾਂ ਜੇ ਆਪਾਂ ਛੇੜੇ ਹੀ ਨਹੀਂ ਹੂੰ ਉਹਦੇ ਨਾਲ ਤਾਂ ਅੱਡ ਹੈ ਹੂੰ ਉਹ ਤਾਂ ਮੁੱਦਾ ਹੀ ਅੱਡ ਹੈ ਕਿਉਂਕਿ ਅੱਜ ਦਾ ਜਿਹੜਾ ਅੰਦੋਲਨ ਸੀ ਨਾ 26 27 ਦਾ ਇਹ ਤਾਂ ਕੇਂਦਰ ਦੀਆਂ ਮੰਗਾਂ ਤੇ ਸੀ ਕੇਂਦਰ ਨਾਲ ਸੀ ਹਮ ਪਰ ਅਸੀਂ ਸੰਯੁਕਤ ਮੋਰਚੇ ਵਿੱਚ ਤੈਅ ਕਰ ਲਿਆ ਸੀ ਜਦ ਸਟੇਟਾਂ ਦੇ ਵਿੱਚ ਧਰਨੇ ਲੱਗਣਗੇ ਤਾਂ ਕੁਝ ਮੰਗਾਂ ਸਟੇਟਾਂ ਦੀਆਂ ਹੁੰਦੀਆਂ ਨੇ ਕੋਈ ਮੰਗ ਪੱਤਰ ਉਹਨਾਂ ਸੂਬਿਆਂ ਦਾ ਸੂਬਦੀਆਂ ਮੰਗਾਂ ਰੜਕਦੀਆਂ ਜਿਹੜੀਆਂ ਫੌਰੀ ਮੰਗਾਂ ਨੇ ਉਹਨਾਂ ਦਾ ਮੰਗ ਪੱਤਰ ਦਿੱਤਾ ਜਾ ਸਕਦਾ ਜੇ ਕੋਈ ਸੂਬਾ ਦੇਣਾ ਚਾਹੇ ਇਹ ਪਾਬੰਦੀ ਨਹੀਂ ਹਮ ਪਰ ਇਸ ਅੰਦੋਲਨ ਨੂੰ ਸੂਬਾ ਸਰਕਾਰ ਦੇ ਖਿਲਾਫ ਬਣਾਉਣਾ ਉਹ ਸੂਬਾ ਸਰਕਾਰ ਖਲਾਫ ਅੰਦੋਲਨ ਨਹੀਂ ਹੈ ਹੂੰ ਉਹਨਾਂ ਨੇ ਖਲਾਫ ਅਗਰ ਛੇੜਨਾ ਫਿਰ ਉਹ ਇਥੋਂ ਇਨਾਨ ਕਰਕੇ ਡੇਟ ਦੇ ਕੇ ਅੰਦੋਲਨ ਕਰਕੇ ਫਿਰ ਉਧਰ ਨੂੰ ਸੰਤੋ ਹੋਵੇ ਹੂੰ ਪੰਜਾਬ ਪੰਜਾਬ ਦੀ ਸੂਬਾ ਸਰਕਾਰ ਨੂੰ ਤੁਸੀਂ ਕਿਵੇਂ ਦੇਖਦੇ ਜਿਵੇਂ ਅਕਸਰ ਤੁਹਾਡੇ ਤੇ ਤਾਂ ਇਹੀ ਸਵਾਲ ਉੱਠਦਾਗਾ ਖਾਸ ਕਰਕੇ ਅਗਰਾਹਾ ਜਥੇਬੰਦੀ ਤੇ ਵੀ ਇਹਨਾਂ ਨੂੰ ਤੁਸੀਂ ਉਵੇਂ ਕਰੜੇ ਹੱਥੀ ਨਹੀਂ ਰੈਂਦੇ ਜਿਵੇਂ ਤੁਸੀਂ ਮੋਦੀ ਸਾਹਿਬ ਨੂੰ ਕਰੜੇ ਹੱਥੀ ਲੈ ਰਹੇ ਦੇਖੋ ਕਰੜੇ ਹੱਥੀ ਲੈਣ ਤੋਂ ਮੈਨੂੰ ਲੱਗਦਾ ਵੀ ਜਾਂ ਤਾਂ ਕਿਸੇ ਦੀ ਅਨਕਾਂ 'ਚ ਫਰਕ ਹੋ ਸਕਦਾ ਜਾਂ ਕਿਸੇ ਦੀ ਸੋਚ ਨਹੀਂ ਜਾਂ ਫਰਕ ਹੋ ਸਕਦਾ ਹਾਂ ਅਖੀਲੇ ਅਕਤੂਬਰ ਦੇ ਵਿੱਚ ਇੱਕ ਮਹੀਨਾ ਸੀ ਭਗਵੰਤ ਮਾਨ ਦੀ ਕੋਠੀ ਮੂਰੇ ਬੈਠੇ ਹਾਂ 10 ਦੇ ਕੋਈ ਜਥੇਬੰਦੀ ਹੁਣ ਤੱਕ ਐ ਮੋਰਚਾ ਲਾਇਆ ਮੋਦੀ ਦੇ ਖਿਲਾਫ ਹੂੰ ਮੈਨੂੰ ਲੱਗਦਾ ਵੀ ਸਭ ਤੋਂ ਲੰਮਾ ਮੋਰਚਾ ਹੁਣ ਤੱਕ ਹੂੰ ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਆ ਸਭ ਤੋਂ ਲੰਮਾ ਮੋਰਚਾ ਅਸੀਂ ਇਹਦੀ ਕੋਠੀ ਦੇ ਮੂਰੇ ਲਾਇਆ ਹੂੰ ਕੋਈ ਜਥੇਬੰਦੀ ਕਹਿ ਸਕਦੀ ਹੈ ਵੀ ਅਸੀਂ ਲਾਇਆ ਹੂੰ ਪਰ ਉਹ ਤੋਂ ਪੁੱਛਣ ਵਾਲੇ ਇਹ ਵੀ ਪੁੱਛਦੇ ਵੀ ਉਹਨਾਂ ਨੇ ਤੁਹਾਨੂੰ ਦਿੱਤਾ ਕੀ ਫਿਰ ਮੈਂ ਕਦੋਂ ਕਹਿੰਦਾ ਵੀ ਸਾਨੂੰ ਦਿੱਤਾ ਹੂੰ ਇਹ ਤਾਂ ਭਗਵੰਤ ਮਾਨ ਦੀ ਗੱਲ ਦਾ ਜਵਾਬ ਹੈ ਹੂੰ ਵੀ ਜਦੋਂ ਤੁਸੀਂ ਸੱਨੇ ਛੜਕਾਂ ਤੇ ਲਾਉਣੇ ਆਉਂਦੇ ਨਾਲ ਤਾਂ ਸਾਡੇ ਕੋਲੇ ਆ ਜਾ ਕਰੋ ਅਸੀਂ ਤੁਹਾਡੀ ਗੱਲ ਸੁਣ ਲਿਆ ਕਰਾਂਗੇ ਹੂੰ ਅਸੀਂ ਤਾਂ মিডিਆ ਨੂੰ ਕਿਹਾ ਵੀ ਆ ਜਿਹਨੀਆਂ ਗੱਲਾਂ ਇਹ ਹੁਣ ਕਹਿ ਰਿਹਾ ਇਹ ਤਾਂ ਅਸੀਂ ਕਰ ਚੁੱਕੇ ਆ ਸਾਡੇ ਕੋਲ ਤਾਇਆ ਨਹੀਂ ਹੂੰ ਅਸੀਂ ਕਦੋਂ ਕਹਿੰਦੇ ਵੀ ਸਾਨੂੰ ਪੁੱਛਿਆ ਹੂੰ ਪੁੱਛਣ ਵਾਸਤੇ ਬੁਲਾਉਣ ਵਾਸਤੇ ਤੁਹਾਡਾ ਮੂੰਹ ਖਲਾਉਣ ਵਾਸਤੇ ਤਾਂ ਕੁਝ ਹੋਰ ਕਰਨਾ ਪੈਂਦਾ ਹੂੰ ਛੜਕ ਘੇਰਨੀ ਪੈਂਦੀ ਹੈ ਹਾਈਵੇ ਘੇਰਨਾ ਪੈਂਦਾ ਜੇ ਉੱਥੇ ਨਾਲ ਗੱਲ ਬਣੇ ਫਿਰ ਰੇਲ ਘੇਰਨੀ ਪੈਂਦੀ ਆ ਫਿਰ ਤੁਸੀਂ ਸੁਣਦੇ ਹੋ ਹੂੰ ਤੁਹਾਡੀ ਚੀਕ ਉੱਥੋਂ ਨਿਕਲਦੀ ਹੈ ਤੁਹਾਡੀਆਂ ਇੱਟਾਂ ਦੇ ਮੂਹਰੇ ਬੈਠਣ ਨਾਲ ਤੁਹਾਡੀ ਚੀਕ ਨਿਕਲਦੀ ਹੈ ਹੂੰ ਮੰਨਦੇ ਆਂ ਸੀ ਹਾਈਵੇ ਘੇਰ ਨਾਲ ਜਨਤਾ ਪਰੇਸ਼ਾਨ ਹੁੰਦੀ ਆ ਸਾਨੂੰ ਇਸ ਗੱਲ ਦਾ ਪਤਾ ਆਸੀਂ ਉਹਨਾਂ ਤੋਂ ਮਾਫੀ ਮੰਗਦੇ ਹੂੰ ਪਰ ਸਾਡੀ ਮਜਬੂਰੀ ਬਣ ਜਾਂਦੀ ਐ ਇਹ ਕਰਕੇ ਮਿਲਿਆ ਕਿ ਨਾ ਮਿਲਿਆ ਅਸੀਂ ਤਾਂ ਇਕਵਾਲ ਕਰਦੇ ਸੀ ਕਦੋਂ ਕਹਿੰਦੇ ਵੀ ਸਾਡੀਆਂ ਝੋਲੀਆਂ ਭਰਦੇ ਮਗ ਮਤਮਨ ਹੂੰ ਇਹ ਤਾਂ ਕੋਈ ਨਹੀਂ ਦਿੱਤਾ ਉਹ ਮੋਰਚੀ ਹੂੰ ਮਹੀਨੇ ਦੇ ਬਾਅਦ ਵੀ ਖੇਤੀਬਾੜੀ ਮੰਤਰੀ ਨੇ ਜਿਹੜੀਆਂ ਮੰਗਾਂ ਸਾਡੇ ਨਾਲ ਲਿਖਤੀ ਤੌਰ ਤੇ ਮੰਨੀਆਂ ਸੀ ਉਹ ਵੀ ਨਹੀਂ ਲਾਗੂ ਕੀਤੀ ਹੂੰ ਪਰ ਉਹ ਕਦੋਂ ਲਾਗੂ ਕਰਾਓਗੇ ਗੈ ਰੌਲਾ ਤੋਥੀ ਹੈ ਨਾ ਵੀ ਉਹਨਾਂ ਨੂੰ ਤੁਸੀਂ ਉਵੇਂ ਨਹੀਂ ਉਹ ਕਰ ਰਹੇ ਉਹ ਐਜੀਟੇਸ਼ਨ ਲਈ ਤੁਹਾਡੇ ਕੋਲੇ ਕੁਝ ਹੈਗਾ ਜਿਵੇਂ ਹੁਣ 24 ਲਈ ਤਾਂ ਹੁਣ ਆਮ ਆਦਮੀ ਪਾਰਟੀ ਨੇ ਵੀ 24 ਲੜਦੀ ਆ ਗਤਨ ਤੁਸੀਂ ਉਹ ਕਦੋਂ ਲਾਗੂ ਕਰਾਓਗੇ ਹੂੰ ਉਹ ਗੱਲ ਤੁਸੀਂ ਕਦੋਂ ਕਰੋਗੇ ਹੂੰ ਇਹਦਾ ਜਵਾਬ ਅਸੀਂ ਐਂ ਦੇ ਦਈਏ ਵੀ ਜਿਵੇਂ ਸਾਡੇ ਹੁਕਮ ਨਾਲ ਫੌਰੀ ਲਾਗੂ ਹੋ ਜਾਂਦੀ ਹੈ ਅਸੀਂ ਨਮਾਣੇ ਜੇ ਲੋਕ ਹੂੰ ਰਾਜਿਆਂ ਨਾਲ ਹਕੂਮਤਾਂ ਨਾਲ ਲੜ ਕੇ ਸੰਘਰਸ਼ ਕਰਦੇ ਆਵਦੀ ਗੱਲ ਲੋਕਾਂ ਨੂੰ ਦੱਸਦੇ ਆ ਜੀ ਭਿਖਾਰੀ ਆ ਜੇ ਸਾਡੇ ਹੂੰ ਤੁਹਾਡੇ ਤਰਲੇ ਕਰੀ ਜਾਵੇ ਤੁਸੀਂ ਰੋਟੀ ਦੇਣੀ ਆ ਕਿ ਨਹੀਂ ਦੇਣੀ ਤਾਂ ਤੁਹਾਡੀ ਮਰਜ਼ੀ ਹੈ ਨਾ ਹੂੰ ਚਾਕੇ ਇੱਟ ਤਾਂ ਨਹੀਂ ਤੁਹਾਡੇ ਮਾਰ ਲੱਗਿਆ ਹੂੰ ਨਹੀਂ ਅਸੀਂ ਸਵਾਲ ਤਾਂ ਹੀ ਪੁੱਛ ਲਿਆ ਵੀ ਤੁਸੀਂ ਨਿਵਾਣੇ ਹੋ ਭਗਵਾਨਤਮਾਨ ਤਾਂ ਖੁਦ ਕਹਿ ਰਿਹਾ ਵੀ ਉਹ ਵੀ ਨਿਵਾਣਾ ਕਾਮ ਆ ਉਹਨੇ ਤਾਂ ਪਾਰਟੀ ਆਮ ਹੀ ਆ ਨਹੀਂ ਉਹ ਉਹ ਦੇਖੋ ਕੈਂਡ ਅਸੀਂ ਤਾਂ ਸਾਨੂੰ ਤਾਂ ਤੁਸੀਂ ਮੰਨੋਗੇ ਨਾ ਵੀ ਅਸੀਂ ਨਿਵਾਣੇ ਹੂੰ ਨਹੀਂ ਤੁਹਾਡਾ ਵੀ ਏਡਾ ਵੱਡਾ ਕੈਡਰ ਆ ਨਹੀਂ ਕੈਡਰ ਦਾ ਹੈ ਹੂੰ ਕੈਡਰ ਕਿਹਨਾਂ ਦਾ ਹੂੰ ਗਰੀਬ ਕਿਸਾਨਾਂ ਦਾ ਜਿਨ੍ਹਾਂ ਦੀ ਕਿਤੇ ਬੁੱਕਤ ਨਹੀਂ ਜਿਨ੍ਹਾਂ ਦੀ ਕੋਈ ਪੂਗਦੀ ਪੁੱਛਦਾ ਨਹੀਂ ਜੇ ਉਹਨਾਂ ਨੂੰ ਪੁੱਛਦਾ ਜੇ ਉਹ ਕਿੱਡਰ ਇਕੱਠਾ ਹੋਇਆ ਤਾਂ ਉਹ ਸਾਰੇ ਸਮੂਹ ਰੁੜਕੇ ਤਾਂ ਨਵਾਨਾ ਨਹੀਂ ਹੈ ਹੂੰ ਜਦੋਂ ਜਨਤਾ ਦਾ ਸਿਰ ਜੁੜਦਾ ਇਹ ਤਾਂ ਵੱਡੀ ਹੈ ਜੇ ਕੋਈ ਇਹਨੂੰ ਐ ਮੰਨਦਾ ਹੋਵੇ ਜਨਤਾ ਦਾ ਸਮੂਹ ਜੁੜ ਕੇ ਮੇਰੇ ਕੋਲ ਆਇਆ ਮੈਂ ਉਹਦੀ ਗੱਲ ਸੁਣਾ ਇਹ ਤਾਂ اخلاق ਦੀ ਗੱਲ ਹੈ ਕਿਸੇ ਦਾ اخلاق ਕਹਿੰਦਾ ਕੀ ਹੈ ਹੂੰ ਇਹ ਤਾਂ ਉਹਨਾਂ ਨੇ ਦੇਖਣਾ ਨਾ ਜਦੋਂ ਲੋਕ ਇਕੱਠੇ ਹੋ ਕੇ ਇਹ ਤਾਂ ਮੋਦੀ ਨੇ ਨਹੀਂ ਦੇਖਿਆ ਜੀ ਤਾਂ ਜਿਹੜਾ ਜਿਨ੍ਹਾਂ ਨੇ ਤਾਜ ਸਜਾਇਆ ਉਹਦੇ ਸਿਰ ਤੇ ਹੂੰ ਲੱਖਾਂ ਲੋਕ ਇੱਕ ਸਾਲ ਬੈਠੇ ਰਹੇ ਤੋਂ ਬਾਅਦ ਸੁਣਿਆ ਸੁਣਿਆ ਜਦੋਂ ਉਹਦੀ ਉਹਦੀ ਕੁਰਸੀ ਹਿੱਲਣ ਲੱਗੀ ਇਸ ਕਰਕੇ ਇਹ ਜਦੋਂ ਕੁਰਸੀਆਂ ਦੇ ਬੰਦੇ ਨੇ ਇਹ ਲੋਕਾਂ ਨੂੰ ਭੁੱਲ ਜਾਂਦੇ ਹਮ ਅਸੀਂ ਤਾਂ ਉਹ ਤਰੀਕਾ ਹਮ ਉਹ ਮੰਗਾਂ ਲਿਆਂਦੀਆਂ ਨੇ ਹਮ ਉਹ ਮੰਗਾਂ ਅਸੀਂ ਦਿੱਤੀਆਂ ਉਹ ਚੋਂ ਕੁਝ ਲਾਗੂ ਹੋ ਗਿਆ ਕੁਝ ਨਹੀਂ ਹੋਇਆ ਹਮ ਅਸੀਂ ਇਸ ਕਰਕੇ ਇਹ ਨਹੀਂ ਵੀ ਸਾਡਾ ਉਦੋਂ ਪਿੱਛੋਂ ਕਿੰਨੇ ਮੁੱਦੇ ਹੋਰ ਆਉਂਦੇ ਨੇ ਆ ਨੈਸ਼ਨਲ ਹਾਈਵੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਦੇ ਲੱਗਿਆ ਇਹ ਚੱਤਿਆ ਹੋਇਆ ਸਾਡਾ ਹਮ ਤੇ ਅਨਛਿਆਂ ਵਾਲਾ ਉਹਦੋਂ ਬਾਅਦ ਚੱਕਿਆ ਹੋਇਆ ਫਿਰ ਇਹਦਾ ਨਿਊਜ਼ ਕਲਿੱਕ ਵਾਲਾ ਹਮਲਾ ਆ ਗਿਆ ਉਧਰ ਨਵਸਰਨ ਤੇ ਜਿਹੜਾ ਈਡੀ ਦਾ ਅਟੈਕ ਹੋਇਆ ਉਹ ਆ ਗਿਆ ਮਣੀਪੁਰ ਦੀ ਘਟਨਾ ਆ ਗਈ ਕਿੰਨੀਆਂ ਗੱਲਾਂ ਹੋਰ ਜੁੜ ਜਾਂਦੀਆਂ ਨੇ ਜਿਹੜੇ ਸਮਾਚਾਰ ਵਾਪਰਦਿਆਂ ਨੇ ਉਹਨਾਂ ਦੇ ਉੱਤੇ ਨਾਲ ਕਰਨੇ ਪੈਂਦੇ ਨੇ ਫਿਰ ਆਪਦੇ ਪ੍ਰੋਗਰਾਮਾਂ ਦੇ ਕਿਤੇ ਕੁਰਕੀ ਆ ਗਈ ਕਿਤੇ ਬਲੰਟ ਕਬਜਾ ਆ ਗਿਆ ਕਿਤੇ ਮਕਾਨ ਢਾਉਣ ਆ ਗਏ ਤੁਹਾਨੂੰ ਇਹ ਜਿਹੇ ਮਸਲੇ ਬਥੇਰੇ ਹੁੰਦੇ ਨੇ ਰੋਜ਼ ਹੀ ਸੰਘਰਸ਼ ਚ ਰਹੀਦਾ ਮੈਨੂੰ ਲੱਗਦਾ ਹੈ ਜੇ ਗੰਡੇ ਹੁਣ ਸਾਡੇ ਸੰਘਰਸ਼ ਪੰਜਾਬ ਦੇ ਵਿੱਚ ਜਿੰਨੇ ਅਸੀਂ ਸਮਝਦੇ ਆ ਵੀ ਐਨੇ ਕਰਾਂਗੇ ਉਹਦੇ ਦੁੱਗਣੇ ਤੇ ਗਨੇ ਹੋ ਜਾਂਦੇ ਹੁਣ ਕੁਝ ਉਹ ਸਵਾਲ ਜਿਹੜੇ ਸਵਾਲਾਂ ਤੋਂ ਕਿਸਾਨ ਜਥੇਬੰਦੀਆਂ ਉਸ ਹਸਾਬ ਨਾਲ ਨਹੀਂ ਖੜਦੀਆਂ ਬਹੁਤ ਸਾਰੇ ਕਿਸਾਨ ਗੂਆਂ ਨੂੰ ਮੈਂ ਪਿਛਲੇ ਦਿਨਾਂ ਵੀ ਇੱਕ ਦੋ ਇੰਟਰਵਿਊਜ਼ ਕੀਤੀਆਂ ਉਹਨਾਂ ਦਾ ਵੀ ਉਹੋ ਜਿਹਾ ਉੱਤਰ ਨਹੀਂ ਆਇਆ ਆਰਗੈਨਿਕ ਖੇਤੀ ਨੂੰ ਲੈ ਕੇ ਸਹਾਇਕ ਧੰਡਿਆਂ ਨੂੰ ਲੈ ਕੇ ਜਾਂ ਉਹ ਖੇਤੀ ਨੂੰ ਲੈ ਕੇ ਜਿਵੇਂ ਇੱਕ ਫਗਵਾੜਾ ਗੁੱਡ ਗਰੋ ਵਾਲਿਆ ਉਹ ਕਹਿੰਦੇ ਵੀ ਬਿੱਡਾਂ ਦੇ ਉੱਤੇ ਝੋਨਾ ਲਾਓ ਵੀ ਪਾਣੀ ਨੂੰ ਬਚਾਉਣ ਖਾਤਰ ਧੂਆ ਨਾ ਹੋਵੇ ਉਸ ਪਾਸੇ ਨੂੰ ਤੁਹਾਡੀ ਜਥੇਬੰਦੀ ਕਿਸਾਨਾਂ ਨੂੰ ਮੋਟੀਵੇਟ ਜਾਂ ਉਹਨਾਂ ਨੂੰ ਉਤਸ਼ਾਹਿਤ ਕਰ ਰਹੀ ਆ ਜਾਂ ਉਹਨਾਂ ਨੂੰ ਜਾਗਰੂਕ ਕਰ ਰਹੀ ਆ ਵੀ ਆਪਾਂ ਨੂੰ ਕੀ ਹੋਣਾ ਚਾਹੀਦਾ ਬਦਲਵੇਂ ਰੂਪ ਚ ਸਰਕਾਰ ਨੂੰ ਛੱਡ ਕੇ ਮਤਲਬ ਇਹ ਬਹੁਤ ਬਹੁਤ ਸਾਫ਼ ਤੇ ਸਪਸ਼ਟ ਗੱਲ ਆ ਗੋਲ ਗੱਲ ਨਹੀਂਵੇਂ ਸਿੰ ਕਰਦੇ ਜੀ ਔਰ ਗੈਨਕ ਤਰੀਕੇ ਨਾਲ ਖੇਤੀ ਕਰਨੀ ਬਾਜਬੈ ਠੀਕ ਐ ਬਹੁਤ ਹੀ ਵਧੀਆ ਜੀ ਮੰਨਦਿਆਂ ਸੀ ਹਮ ਪਰ ਅਸੀਂ ਇਧਰ ਨੂੰ ਪੈ ਕੇ ਪ੍ਰਚਾਰ ਕਰਨ ਲੱਗ ਗਏ ਹੋਏ ਹਮ ਇਹ ਸਾਡੇ ਕੋਲ ਉਹ ਨਹੀਂ ਹੋ ਸਕਿਆ ਹੂੰ ਕਰ ਨਹੀਂ ਜੀ ਕਰਨ ਵੀ ਇਹ ਐਡਾ ਇਸ਼ੂ ਹੈ ਵੀ ਇਹਦੀ ਇੱਕ ਬੱਕਰੀ ਕਿਸਮ ਦੀ ਕੋਈ ਸੰਸਥਾ ਬਣੇ ਜਿਹੜੀ ਇਹਦੀ ਪ੍ਰਚਾਰ ਕਰੇ ਲੋਕਾਂ 'ਚ ਕਿ ਬਹੁਤ ਸਾਰੀਆਂ ਗੱਲਾਂ ਲੈ ਕੇ ਜਾ ਕੇ ਕੋਈ ਗੱਲ ਮੂੰਹ ਮੱਥਾ ਨਾ ਬਣੇ ਉਹਦਾ ਫਾਇਦਾ ਨਹੀਂ ਹੁੰਦਾ ਹੂੰ ਵੱਡਾ ਇਸ਼ੂ ਹੈ ਹੂੰ ਵੱਡੇ ਇਸ਼ੂ ਨੂੰ ਅਸੀਂ ਇੱਕ ਅੱਧੀ ਵਾਰੀ ਪ੍ਰਚਾਰ ਕਰ ਦਈਏ ਨਾ ਮੂੰਹ ਮੱਥਾ ਕੋਈ ਬਣਾ ਨਾ ਸਕੇ ਹਾਂ ਇਹ ਬਕਾਇਦਾ ਇੱਕ ਸੰਸਥਾ ਨੂੰ ਲੈ ਕੇ ਜਾਣਾ ਪੂ ਲੋਕਾਂ ਨੂੰ ਇਹ ਦਿਖਾਉਣਾ ਪੂ ਜਿਵੇਂ ਕਰ ਰਹੇ ਨੇ ਕੋਸ਼ਿਸ਼ ਕੋਸ਼ਿਸ਼ ਕੋਸ਼ਲੋ ਕਰ ਰਹੇ ਨੇ ਕੋਸ਼ੇ ਕਰ ਰਹੇ ਨੇ ਬਿਨਾਂ ਖਾਦਾਂ ਤੋਂ ਪਈਆ ਸਾਰੀਆਂ ਨੇ ਹੁਣ ਤੁਸੀਂ ਆਪਣੇ ਆ ਬਾੜੀ ਚ ਬੈਠੇ ਆ ਐਚ ਐਚ ਕਾਦ ਨਹੀਂ ਵਰਤਦੇ ਹੂੰ ਰੂੜੀ ਦੀ ਖਾਦ ਰੂੜੀ ਆਪਣੇ ਪਈਆ ਰੂੜੀ ਦੀ ਖਾਦ ਵਰਤਦੇ ਆ ਆਹ ਸਬਜ਼ੀ ਆ ਆਹ ਦੇਖੋ ਮਟਰ ਲੱਗੇ ਹੋਏ ਨੇ ਇਹਨਾਂ ਚ ਕੋਈ ਖਾਦ ਨਹੀਂ ਪਾਇਆ ਹੋਇਆ ਹੂੰ ਆਏ ਤੇ ਟਮਾਟਰ ਲੱਗੇ ਹੋਏ ਨੇ ਤੁਸੀਂ ਦੇਖਣੇ ਨੇ ਟਮਾਟਰ ਬੇਹੱਦ ਟਮਾਟਰ ਲੱਗਣਗੇ ਕੋਈ ਖਾਦ ਨਹੀਂ ਪਾਇਆ ਅਸਲ ਚ ਇਧਰ ਨੂੰ ਜਿਹੜਾ ਕਿਸੇ ਕੋਈ ਸੰਸਥਾ ਦੀ ਜ਼ਿੰਮੇਵਾਰੀ ਲੈ ਕੇ ਸਮਾਜ ਸੇਵੀ ਸੰਸਥਾ ਬਹੁਤ ਫਿਰਦੀਆਂ ਨੇ ਸਾਡੇ ਬਾਹਰ ਬਹੁਤ ਨੇ ਖੇਤੀਬਾੜੀ ਵਿਗਿਆਨੀ ਬਹੁਤ ਆ ਹੂੰ ਉਹ ਤੱਤ ਵੀ ਕੱਢ ਲੈਂ ਇਹ ਕੰਮ ਹੈਗਾ ਵੱਡਾ ਜਿਹੜੀਆਂ ਸੰਸਥਾਵਾਂ ਦੀ ਅਗਰਾਹ ਸਭ ਤੁਸੀਂ ਗੱਲ ਕਰਦੇ ਹੋ ਉਹ ਕਹਿੰਦੇ ਵੀ ਅਸੀਂ ਕਿਸਾਨਾਂ ਗੱਗਾਂ ਨੂੰ ਸਮਝਾਉਣੇ ਆ ਗੱਲ ਕਹ ਸੁਣਦੇ ਹੀ ਨਹੀਂ ਉਹ ਤਾਂ ਚੜ੍ਹ ਨਹੀਂ ਨੀਂਦੇ ਉਹ ਤਾਂ ਕਹਿੰਦੇ ਉਸ ਲਾਈਨ ਤੇ ਨਹੀਂ ਆਉਂਦੇ ਮੈਂ ਕਹਿੰਦਾ ਵੀ ਸੁਣ ਵੀ ਲ ਲਵਾਂਗੇ ਤੁਸੀਂ ਛੋੜੀ ਵੀ ਸੁਣ ਲਈ ਅਸੀਂ ਕਹਿ ਵੀ ਦੇਵਾਂਗੇ ਵੀ ਠੀਕ ਆ ਛੋੜੀ ਗੱਲ ਹੂੰ ਇੰਪਲੀਮੈਂਟ ਕਰਾਂਗੇ ਜੇ ਇੰਪਲੀਮੈਂਟ ਵਾਸਤੇ ਸਾਨੂੰ ਸਮਾਂ ਤਾਂ ਕੱਢਣਾ ਪਊਗਾ ਨਾ ਭਾਈ ਹੂੰ ਕਿਸੇ ਦੀ ਡਿਊਟੀ ਵੀ ਲਾਉਣੀ ਪਊ ਬਕਾਇਦਾ ਇੱਕ ਟੀਮ ਵੀ ਬਣਾਉਣੀ ਪਊ ਫਿਰ ਉਹਦੇ ਸਿੱਕੇ ਵੀ ਦੇਖਣੇ ਪੈਣੇ ਫਿਰ ਇਹ ਕੰਮ ਸਾਡੇ ਕੋਲ ਇੰਨਾ ਕੰਮ ਹੋਣਾ ਨਹੀਂ ਕਿਉਂਕਿ ਇਹਦੇ ਵਾਸਤੇ ਬਕਾਇਦਾ ਇੱਕ ਸੰਸਥਾ ਚਾਹੀਦੀ ਹੈ ਉਹ ਸੰਸਥਾ ਖੇਤਾਂ 'ਚ ਜਾ ਕੇ ਲੋਕਾਂ ਜਦੋਂ ਵੀ ਹੁਣ ਕਿਸੇ ਗੱਲ ਤੁਸੀਂ ਮੈਨੂੰ ਦੱਸੋ ਕਿਸਾਨਾਂ ਦੀ ਜਿਹੜੀ ਆਰਥਿਕਤਾ ਇਹ ਨਹੀਂ ਟੁੱਟੀ ਹੋਈ ਹੈ ਕਿ ਉਹ ਉਹ ਫਸਲ ਜਿਹੜੀ ਨੁਕਸਾਨ ਦੇਗੀ ਇੱਕ ਵਾਰੀ ਹੂੰ ਉਹਦੇ ਇੰਨਾ ਗੁੱਸਾ ਖੰਦੇ ਨੇ ਉਹਨਾਂ ਦਾ ਇਹ ਜੀ ਕਰਦਾ ਵੀ ਹੁਣ ਜਾ ਕੇ ਬਾਹਰ ਹੀ ਹੂੰ ਤੁਸੀਂ ਦੇਖਿਓ ਹੁਣ ਆਲੂ ਵੀ ਡੇਕੇ ਰੇ ਲੋਕਾਂ ਨੇ ਹੂੰ ਹੂੰ ਖਤਾਨਾ ਸੁਟੇ ਨੇ ਇੱਕ ਵਾਰਾ ਦਿਕਤ ਨਾ ਪਟਨਾਮੇਲੇ ਦੇ ਵਿੱਚ ਇੱਕ ਮੁੰਡਾ ਮਰ ਗਿਆ ਨੌਜਵਾਨ ਮੁੰਡਾ ਟਰਾਲੀ ਹਟਾ ਕੇ ਮਰ ਗਿਆ ਉਹਦੇ ਪਿਓ ਨੇ ਆ ਕੇ ਕਮਾਦ ਨੂੰ ਅੱਗ ਲਾ ਦਿੱਤੀ ਹਮ ਖੜੇ ਕਮਾਦ ਫੂਕਤਾ ਕਿਉਂਕਿ ਮਹੀਨਾ ਮਹੀਨਾ ਪੇਮੈਂਟਾਂ ਦੋ ਦੋ ਮਹੀਨੇ ਪੇਮੈਂਟ ਨਾ ਹੋਣੀ ਤਿੰਨ ਤਿੰਨ ਦਿਨ ਗੰਨਣ ਘੌਂਟੇ ਲੱਗ ਜਾਂਦੇ ਜਿਨੀ ਕਿਸਾਨਾਂ ਦੀ ਆਰਥਿਕਤਾ ਇੰਨੀ ਮਾੜੀ ਹੋ ਗਈ ਕੋਈ ਇਹ ਸੁਣਨ ਨੂੰ ਹੀ ਤਿਆਰ ਨਹੀਂ ਵੀ 75 ਹਜ਼ਾਰ ਠੇਕਾ ਦੇ ਕੇ ਕੀ ਬਚਦਾ ਕੋਈ ਸੁਣਨ ਨੂੰ ਤਿਆਰ ਹਮ ਕੋਈ ਸੁਣਨ ਨੂੰ ਤਿਆਰ ਨਹੀਂ ਵੀ ਤੁਸੀਂ ਆ ਖਾਦਾ ਨਾ ਪਾਓ ਯਾਰ ਇਹਦੇ ਬਿਨਾ ਫਸਲ ਨਹੀਂ ਹੋਣੀ। ਉਸ ਉਹਦਾ ਜਵਾਬ ਪਤਾ ਕੀ ਹੁੰਦਾ? ਵੀ ਠੇਕਾ ਕੌਣ ਭਰੂ? ਤੂੰ ਭਰੇਗਾ? ਹੂੰ ਮੈਂ ਦੇਸੀ ਕਣਕ ਵੇਚ ਦਿੰਦਾ। ਹੂੰ ਆਰਗੈਨਿਕ ਖੇਤੀ ਵੇਚ ਦਿੰਦਾ ਮੈਂ। ਮੈਂ ਰੂੜੀ ਪਾ ਦਿੰਦਾ। ਹੂੰ ਰੂੜੀ ਨਾਲ ਇਹ ਚ ਤਾਂ 15 ਮਣ ਤਣਕਣਕ ਨਿਕਲੂ। ਆ ਘਾਟਾ ਮੈਂ ਕਿੱਥੋਂ ਪੂਰਾ ਕਰੂ ਮੈਂ ਠੇਕੇ ਵਾਲੇ ਦੇ ਪੈਸੇ ਕਿੱਥੋਂ। ਪਰ ਇੰਨਾ ਕਿ ਤਾਂ ਜੱਥੇਬੰਦੀਆਂ ਨੂੰ ਪਤਾ ਵੀ ਜਿਹੜਾ ਪੈਸਟੀਸਾਈਡ ਪੈ ਰਿਹਾ ਜਾਂ ਪਾਣੀ ਦਾ ਪਦਰ ਥੱਲੇ ਜਾ ਰਿਹਾ ਜਾਂ ਧੂਆਂ ਹੋ ਰਿਹਾ ਵੀ ਉਹਦੇ ਨਾਲ ਤਾਂ ਨੁਕਸਾਨ ਹੈਗਾ ਉਹਨਾਂ ਕਿ ਤਾਂ ਤੁਸੀਂ ਮੰਨਦੇ ਹੋ ਮੰਤ ਰਹੇ ਆ ਹੂੰ ਇੱਕ ਗੱਲ ਮੈਂ ਤਾਂ ਪਹਿਲੀ ਗੱਲ ਚੀਜ਼ ਨਹੀਂ ਕਹਿ ਗਿਆ ਵੀ ਗੱਲ ਠੀਕ ਹੈ ਹਾਂ ਪਰ ਇਹ ਗੱਲ ਇੰਪਲੀਮੈਂਟ ਦੇ ਵਿੱਚ ਦਿਖਣਾ ਕੀ ਨੇ ਹੂੰ 80% ਹਿੱਸਾ ਹੈ ਜਿਨ੍ਹਾਂ ਕੋਲੇ ਖੇਤੀ ਕਰਨ ਯੋਗ ਜਮੀਨ ਨਹੀਂ ਜਿਹੜੇ ਠੇਕੇ ਦੇ ਲੈਂਦੇ ਆ ਹੂੰ ਉਹ ਆਰਗੈਨਿਕ ਖੇਤੀ ਕਰਕੇ ਮੇ ਲੈਣਗੇ ਹੂੰ ਜੇ ਇਹ ਖੇਤੀ ਉਹਨੇ ਕਰਨੀ ਹੈ ਜਿਹਦੀ ਵਾਫਰ ਜਮੀਨਾਂ ਜਿਹਦੇ ਕੋਲੇ ਹਾਂ ਜਿਹੜਾ ਬੰਦਾ ਇਕਨੋਮੀ ਪੱਖੋਂ ਸੈਟ ਹੈ ਹੂੰ ਉਹ ਇੱਕ ਹਿੱਸਾ ਹੈ ਸਮਝਦਾ 5% ਹੈ ਬਣਦੀ ਹੂੰ ਉਹ ਪਰਸੈਂਟ ਦੇ ਵਿੱਚ ਇਹ ਲਾਗੂ ਹੋਣ ਤੋਂ ਬਾਅਦ ਜਦੋਂ ਪੂਰੀ ਕਾਮਯਾਬ ਹੋ ਗਈ ਹੋ ਸਕਦਾ ਇਹ ਫੇਰ ਇੰਪਲੀਮੈਂਟ ਹੋ ਜਾਵੇ ਹੂੰ ਨਹੀਂ ਇਹ ਹਾਲਤਾਂ ਜਿਹੇ ਜੀ ਕਿਸਾਨੀ ਦੀ ਹਾਲਤ ਬਣੀ ਹੋਈ ਜਾਉ ਐਸ ਜਿਹੜੇ ਹੂੰ ਵਿਚ ਵੜ ਕੇ ਤੁਸੀਂ ਦੇਖੋ ਕੋਈ ਵੀ ਬੀਟੀ ਨਰਮੇ ਦਾਸੀਂ ਨਾ ਪ੍ਰਚਾਰ ਕੀਤਾ ਵੀ ਨਾ ਵੇਚੋ ਜ਼ਹਿਰ ਹੈ ਵੇ ਮਾਰ ਦੋ ਆ ਬੀਟੀ ਮੱਕੀ ਆ ਜਿਹੜੀ ਇਹ ਜ਼ਹਿਰ ਹੈ ਮਾਰ ਦੋ ਹਟ ਜਾਓ ਅਗਲਾ ਗਾਣਾ ਮਾਰੀ ਗਿਆ ਪਕਾਈ ਯਾਰ ਸਾਡਾ ਨਾ ਸੁੰਡੀ ਲੱਗੇ ਨਾ ਤੇਲਾ ਲੱਗੇ ਤਾਂ ਸਾਡੇ ਸਰ ਗੱਲ ਹੀ ਨਹੀਂ ਸੁਣਦੇ ਇਸ ਕਰਕੇ ਜਿਹੜੀਆਂ ਆਰਥਿਕ ਤੰਗੀਆਂ ਪਈਆਂ ਨੇ ਨਾ ਜੇ ਖੇਤੀ ਸ਼ੌਕਦੀ ਹੋਵੇ ਹੁਣ ਸਾਡੀ ਆ ਬਾੜੀ ਹੈ ਮੈਂ ਤੁਹਾਨੂੰ ਕਹੇ ਕਿ ਹਟੇ ਵੀ ਇੱਥੇ ਅਸੀਂ ਖਾਦ ਨਹੀਂ ਪਾਉਂਦੇ ਸਾਨੂੰ ਇਹ ਪਤਾ ਵੀ ਜੇ ਖਾਦ ਨਹੀਂ ਪਾਵਾਂਗੇ ਜਿਹੀ ਜਿਹੀ ਹੋਜੂ ਹੋਜੂ ਨੁਕਸਾਨ ਤਾਂ ਨਹੀਂ ਹੁੰਦਾ ਕੋਈ ਇਹ ਤਾਂ ਹੈ ਜੇ ਤਾਂ ਐ ਆ ਗਈ ਹਾਲਤ ਵਿਚਾਰ ਜਿੰਨੇ ਨਿਕਲੇ ਉਹ ਕਣਕ ਨਿਕਲੇ ਉਹ ਜਿੰਨਾ ਝੋਨਾ ਨਿਕਲੇਗਾ ਨਿਕਲੇਗਾ ਪਰ ਅਸੀਂ ਖਾਦ ਨਹੀਂ ਪਾਉਣੀ ਕੀੜੇ ਮਾਰ ਦਵਾਂਗੇ ਇਹ ਅਸੀਂ ਉਦੋਂ ਕਹਾਂਗੇ ਜਦੋਂ ਸਾਡੀ ਇਕਨੋਮੀ ਤੇ ਕੋਈ ਫਰਕ ਨਹੀਂ ਪੈਣਾ ਇਹਦੇ ਨਾਲ ਹੂੰ ਉਦੋਂ ਕਹਾਂਗੇ ਨਾ ਜਿਹੜਾ ਸਾਡੇ ਬੱਚੇ ਰੋਜ਼ਗਾਰ ਤੇ ਲੱਗੇ ਹੋਇਆ ਜੀ ਸਾਡੇ ਬੱਚੇ ਸੈੱਟ ਨੇ ਸਾਡੀ ਬੁਢਾਪਾ ਪੈਨਸ਼ਨਾਂ ਦੋਨੇ ਜੀਆਂ ਦੀ ਸਾਡੀ ਖੇਤੀ ਦੇ ਵਿੱਚ ਆਰਗੋਨਿਕ ਖੇਤੀ ਕਰਨ ਵਾਸਤੇ ਸਾਨੂੰ ਕੋਈ ਦਿੱਕਤ ਨਹੀਂ ਹੂੰ ਥੱਲੇ ਕੋਲ 2 ਕਿਲੋ ਲੈਣੇ ਅਸੀਂ 2 ਕਿਲੋ ਲੈਂਦੇ ਉਹ ਖੇਤੀ ਕਰਾਂਗੇ ਜਿਹੜੀ ਖਾਦ ਨਹੀਂ ਪਾਉਂਦੇ ਜੇਹੀ ਜੀ ਹੋਊਗੀ ਫਸਲ ਹੋਊਗੀ ਨਹੀਂ ਹੋਊਗੀ ਤਾਂ ਵੀ ਸਾਡੀ ਹਾਲਤ ਤੇ ਕੋਈ ਫਰਕ ਨਹੀਂ ਪੈਣ ਵਾਲਾ ਜੇ ਖੇਤੀ ਦੇ ਵਿੱਚੋਂ ਵਾਧਾ ਘਾਟਾ ਹੋਊਗਾ ਦੇਸ਼ ਨੂੰ ਪਊਗਾ ਕਿਉਂਕਿ ਦੇਸ਼ ਦਾ ਅਨਾਜ ਨਹੀਂ ਪੈਦਾ ਹੁੰਦਾ ਹੂੰ ਕੰਪਨੀਆਂ ਨਹੀਂ ਪਊਗਾ ਕਿਉਂਕਿ ਉਹਨਾਂ ਦਾ ਮਾਲ ਨਹੀਂ ਵੇਚਦਾ ਸਾਡੇ ਦੇ ਕੰਪਨੀਆਂ ਦਾ ਗਲਬਾ ਇਹੋ ਜਿਹਾ ਟਿਕਿਆ ਹੋਇਆ ਹੈ ਸਾਡੀ ਅਕਾਊਂਟਸਾਂ ਇੰਨੇ ਭਚੀੜੇ ਹੋਏ ਆ ਸੀ ਉਹਨਾਂ ਦੀਆਂ ਪਾਲਿਸੀਆਂ ਨੇ ਸਾਨੂੰ ਉਹ ਕੀਤੀ ਕੀਤੇ ਬਿਨਾਂ ਸਰਦਾ ਹੀ ਨਹੀਂ ਹੂੰ ਅਸੀਂ ਜਾਣਦੇ ਹੋਏ ਵੀ ਜ਼ਹਿਰ ਖਾਂਦੇ ਹਾਂ ਹੂੰ ਆ ਹਾਲਤ ਬਣੀ ਫਿਰ ਜੀ ਇਸ ਨੂੰ ਪ੍ਰਵਾਨ ਕਰਨੀ ਪਊ ਗੱਲ ਹੂੰ ਕਿ ਅਸੀਂ ਜਾਣਦੇ ਹਾਂ ਇਹ ਲੋਕ ਦੱਸਣਗੇ ਜਾਣਦੇ ਹੋਏ ਵਿਚਾਰ ਕਿ ਇਹ ਲੋਕਾਂ ਨੇ ਦੱਸਣਾ ਵੀ ਪ੍ਰਵਾਨ ਕਰਦੇ ਕਿਉਂਕਿ ਸੋਡੇ ਆਂਡ ਗਵਾਂਡ 'ਚ ਮੈਂ ਕਈ ਕਿਸਾਨਾਂ ਨੂੰ ਜਾਣਦਾ ਜਿਹੜੇ ਛੋਟੇ ਕਿਸਾਨ ਨੇ ਤੇ ਉਹ ਕਰ ਰਹੇ ਨੇ ਉਹ ਪਹਿਲ ਕਦਮੀ ਕਰ ਰਹੇ ਆ ਵਧੀਆ ਕੰਮ ਕਰ ਰਹੇ ਆ ਪਿਛਲੇ 10 11 ਸਾਲਾਂ ਬਹੁਤ ਛੋਟਾ ਉਹ ਹਿੱਸਾ ਹੈ ਹੂੰ ਜਿਨੇ ਆਪਦੀ ਛੋਟੀ ਕਿਸਾਨੀ 'ਚ ਆਰਗੈਨਿਕ ਖੇਤੀ ਕਰ ਰਹੇ ਨੇ ਹੂੰ ਉਹ ਹਿੱਸਾ ਕਿਹੜਾ ਹੈ ਉਹ ਹਿੱਸਾ ਉਹ ਹੈ ਜਿਨੇ ਆਪਦੀ ਇਕਨੋਮੀ ਨੂੰ ਪਹਿਲਾਂ ਸੈੱਟ ਕੀਤਾ ਹੂੰ ਜਿਹਨੇ ਇਹ ਵੀ ਇਹ ਵਾਦੇ ਘਾਟੇ ਨੂੰ ਚੱਲਣ ਦੇ ਯੋਗ ਮੈਂ ਸਮਰੱਥ ਹੋ ਗਿਆ ਉਹ ਹਿੱਸਾ ਹੈ ਜੀ ਉਹਨੇ ਛੋਟੀ ਖੇਤੀ ਸਬਜ਼ੀ ਤੋਂ ਸ਼ੁਰੂ ਕਰਕੇ ਉਹਨੇ ਇਧਰ ਨੂੰ ਐਡਜਸਟ ਕੀਤਾ ਇਹ ਬਹੁਤ ਛੋਟਾ ਹਿੱਸਾ ਹੂੰ ਜਿਹਨੇ ਆਪਣੇ ਆਪ ਨੂੰ ਸੀਮਤ ਕਰਕੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਕੀਤਾ ਜੀ ਉਹਨੂੰ ਪਰਸੈਂਟੇਜ ਵਿੱਚ ਨਹੀਂ ਆਉਂਦਾ ਆਪਣੇ ਪੰਜਾਬ ਵਿੱਚ ਪਰਸੈਂਟੇਜ ਵੀ ਨਹੀਂ ਬਣਦੀ ਉਹਦੀ ਕੋਈ ਹੂੰ ਹਾਂ ਇਹ ਮੈਂ ਕਹਿੰਦਾ ਵੀ ਕੋਈ ਮੈਂ ਤੁਹਾਡੀ ਗੱਲ ਤੇ ਜਵਾਬ ਨਹੀਂ ਮੈਂ ਦਿੱਤਾ ਵੀ ਇਹ ਨਹੀਂ ਹੋਣੀ ਚਾਹੀਦੀ ਹੂੰ ਮੈਂ ਦਿੱਕਤਾਂ ਕਈਆਂ ਨੇ ਵੀ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਦਿੱਕਤਾਂ ਕਿਹੜੀਆਂ-ਕਿਹੜੀਆਂ ਆ ਰਹੀਆਂ ਨੇ ਕਿਉਂ ਨਹੀਂ ਇਹ ਹੋ ਰਿਹਾ ਹੂੰ ਇਸ ਕਰਕੇ ਖਾਸੀ ਵੱਡੀ ਗੱਲ ਹੈ ਜੀ ਮੇਰਾ ਲਾਸਵਾਲ ਆ ਜੀ ਜਗENDER ਸਿੰਘ ਅੰਗਰਾਹਾਂ ਨੂੰ ਇਹ ਗੱਲ ਚਿੰਤਤ ਕਰਦੀਏ ਵੀ ਤੁਹਾਡੇ ਨਾਲੋਂ ਬਹੁਤ ਸਾਰੇ ਬੰਦੇ ਟੁੱਟ ਕੇ ਹੁਣ ਤੁਹਾਡੇ ਭਾਵ ਇਹ ਨਹੀਂ ਵੀ ਤੁਹਾਡੇ ਜਥੇਬੰਦੀ ਚੋਂ ਵੀ ਤੇ ਹੋਰ ਜਥੇਬੰਦੀਆਂ ਵੀ ਟੁੱਟ ਕੇ ਵੀ ਉਹ ਸਟੇਟ ਦੀ ਜਾਂ ਉਹ ਸੈਂਟਰ ਦੀ ਜਾਂ ਉਹ ਉਹ ਧੜਿਆਂ ਦੀ ਬੁੱਕਲ ਚ ਪੈ ਗਏ ਜਿੱਥੇ ਤੁਸੀਂ ਈਜ਼ੀਲੀ ਉਹ ਵੇਖ ਸਕਦੇ ਨੇ ਜਾਂ ਉਹ ਤੁਹਾਡੇ ਨਾਲ ਗਦਾਰੀਆਂ ਕਰ ਸਕਦੇ ਆ ਜਿੱਥੇ ਮੰਨ ਕੇ ਚੱਲੋ ਵੀ ਮੂਰਚੇ ਸਿਰ ਨਹੀਂ ਚੜਦੇ ਇਹਦੀ ਚਿੰਤਾ ਹੈਗੀ ਆ ਦੇਖੋ ਇਹ ਇਹ ਚਿੰਤਾ ਵੀ ਬਹੁਤ سارے ਬੰਦੇ ਟੁੱਟ ਗਏ ਹੂੰ ਬਹੁਤ سارے ਬੰਦੇ ਚਲੇ ਗਏ ਹੂੰ ਇਉਂ ਨਹੀਂ ਕਿਹਾ ਜਾ ਸਕਦਾ ਹੂੰ ਕੁਝ ਬੰਦੇ ਉਹਨਾਂ ਏਜੰਸੀਆਂ ਦੇ ਹੱਥ ਚ ਆ ਗਏ ਜਿਹੜੇ ਸਟੇਟ ਦੇ ਕੰਮ ਕਰ ਸਟੇਟ ਦੀ ਖਾਤਰ ਕੰਮ ਕਰਦੇ ਨੇ ਹੂੰ ਉਹਨਾਂ ਦੇ ਰਾਬਤੇ ਚ ਆ ਗਏ ਹੂੰ ਉਨਾ ਦੀ ਪਰਖ ਲੋਕ ਕਰ ਲੈਂਦੇ ਆ ਉਹ ਲੋਕ ਉਹ ਲੋਕ ਉਹਨਾਂ ਤੇ ਮਾਣ ਕਰਦੇ ਹੁਣ ਵੀ ਹਾਂ ਸਾਡਾ ਸਿੱਸਾ ਸਾਰੇ ਨੂੰ ਅਸੀਂ ਲੈ ਜਾਾਂਗੇ ਇਧਰ ਗਲਤ ਪਾਸੇ ਹਮ ਅੱਜ ਦੇ ਹਾਲਤਾਂ ਦੇ ਵਿੱਚ ਜਦੋਂ ਵੀ ਤੁਸੀਂ ਮੜਾ ਡਾਮਾ ਡੋਲ ਹੋਵੋਗੇ ਤੁਹਾਡੀ ਗੱਡੀ ਲਈ ਤਾਂ ਉਤਰਨ ਲੱਗੂਗੀ ਲੋਕ ਬਹੁਤ ਪਰਖਦੇ ਹਮ ਲੋਕਾਂ ਦੇ ਵਿੱਚ ਕੰਮ ਕਰਨਾ ਲੋਕਾਂ ਨੂੰ ਚਲਾਉਣਾ ਅੱਜ ਕਾ ਅੱਜ ਦੀਆਂ ਹਾਲਤਾਂ ਦੇ ਵਿੱਚ ਹਮ ਬਹੁਤ ਔਖਾ ਹੈ ਹਮ ਹਾਂ ਇਹ ਉਹਨਾਂ ਦੇ ਦੁਸ਼ਮਣ ਦੀਆਂ ਕੋਸ਼ਿਸ਼ਾਂ ਨੇ ਕਿਸੇ ਲਹਿਰ ਨੂੰ ਕਮਜ਼ੋਰ ਕਰਨਾ, ਤੋੜਨਾ ਹੂੰ ਉਹਨਾਂ ਦੇ ਵਿੱਚ ਗੰਢ ਤੁੱਪ ਕਰਨਾ ਇਹ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਵੀ ਇਹ ਕੁਝ ਹੋ ਨਹੀਂ ਰਿਹਾ ਹੂੰ ਇਹ ਹੋ ਰਿਹਾ ਹੈ ਜੀ ਪਰ ਨਾਲ ਦੀ ਨਾਲ ਇੱਕ ਹਿੱਸਾ ਇਹ ਵੀ ਆ ਜਿਹੜਾ ਇਹ ਤੋਂ ਚਕੰਨਾ ਕਰਨ ਵਾਸਤੇ ਲੱਗਿਆ ਹੋਇਆ ਵੀ ਦੇਖੋ ਮਾਰੇ ਜਾਵਾਂਗੇ ਹੂੰ ਸੋਡੇ ਹਿੱਤ ਪੂਰੇ ਹੋ ਜਾਣਗੇ ਜਨਤਾ ਨਾਲ ਗਦਾਰੀ ਨਾ ਕਰਿਓ ਹੂੰ ਧੋਖਾ ਨਾ ਕਰਿਓ ਹੂੰ ਬਹੁਤ ਹਿੱਸੇ ਵਰਖ ਰੱਖ ਰ ਕਰਨ ਲੋਕਾਂ ਨੇ ਗੈਨ ਰੱਖੀ ਨੇ ਵੀ ਆ ਵੀ ਆ ਵੀ ਹੂੰ ਤੁਸੀਂ ਇਹ ਗੱਲਾਂ ਨੇ ਜਿਹੜੀਆਂ ਆਪਾਂ ਵੀ মিডিਆ ਵੀ ਤੁਸੀਂ ਸਾਰੇ ਜੁੜੇ ਹੋਏ ਉਹਦੇ ਨਾਲ ਹਰੇਕ ਅੱਖ ਹੈ ਉਹਦੇ ਤੇ ਹਾਂ ਸਮੇਸੇ ਰਾ ਆ ਗਿਆ ਤਾਂ ਲੋਕ ਦਸਵੀਂ ਦਿਨ ਕੀ ਬੀਤੇ ਹੈ ਕੀਤਾ ਜੀ ਜੀ ਅਗਰਾਹਾ ਸਾਹਿਬ ਸਮਾਜਤਾਈ ਬਹੁਤ ਬਹੁਤ ਧੰਨਵਾਦ ਜੀ ਚੋਈਸੀ ਜੁਗਿੰਦਰ ਸਿੰਘ ਅਗਰਾਹਾ ਅੱਗੇ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸ਼ੀਅਤ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਬਹੁਤ ਜ਼ਿਆਦਾ ਤੁਸੀਂ ਆਪਣਾ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ